ਆਯੋਗ ਦੀ ਤਰ੍ਹਾਂ ਅਤੇ ਵਿਸ਼ੇਸ਼ ਤੌਰ ਤੇ ਸੰਗਰਾਂਦ ਦਾ ਦਿਹਾੜਾ ਕਦੇ ਰੱਖੇ ਹਨ ਕਰਨਾ ਦਵਾਈ ਹੈ ਬਿਲਕੁਲ ਔਰ ਪਾਰ ਸਰਵ ਹੈ ਦੋ ਵਰੀ ਭਰ ਤੋਂ ਭਰਮ ਭੁਲਾਣੀਆਂ ਕਿੱਥੇ ਲੱਗਾ ਇਸ ਤਰ੍ਹਾਂ ਪਾਰ ਕਾਲਪ ਕੱਟ ਕੇ ਜਿਹੜੇ ਗੁਰਤ ਦੇ ਪਾਸੇ ਲੱਗ ਜਾਂਦੇ ਕਿੱਥੇ ਦੇ ਵੀ ਪਾਠ ਬਣ ਜਾਂਦੇ ਚਾਹੇ ਉਹ ਹੈ ਚਾਹੇ ਉਹ ਪ੍ਰੇਮ ਹੈ ਚਾਹੇ ਗੁਰ ਹੈ ਅਵਤਾਰ ਸਿਕੰਬਰਾਂ ਦਾ ਵੀ ਸਿੱਖ ਉਪਾਜ ਕਾਲਪ ਸਾਰਿਆਂ ਨੂੰ ਲੱਗਣਾ ਚਾਹੀਦਾ ਹੈ ਕੱਖਾਂ ਸ਼ਿੰਗਾਰ ਸਰੀਰ ਸਾਧਨ ਆਦਿ ਬਾਣੀ ਬਾਣੀ ਤੇ ਪਰਮੇਸ਼ਰ ਨੂੰ ਛੱਡ ਦਿੱਤਾ ਤੇ ਬਾਲਕ ਨੂੰ ਛੱਡ ਦਿੱਤਾ ਭਾਰਤੋਂ ਪਰੰਪਰਾ ਨਹੀਂ ਹੈ ਕਿਤੇ ਲੱਗਾ ਹੇਤ ਲੱਖ ਚਾਰ ਬਣਾਇਆ ਕਰਕੇ ਆਰਕ ਜਾਣਨਾ ਕਰੋ ਇਸ ਮਹੀਨੇ ਪਾਠ ਵਿਚ ਇੱਕ ਪੰਕ ਅਜਿਹਾ ਬੀਤੇ ਸੋਲ ਲਾਉਣੇ ਕਰਮਾ ਸੁਧੜਾ ਜਿਹੋ ਜਿਹਾ ਕੁਝ ਬੀਜੇਗਾ ਉਹੋ ਜਿਹਾ ਲਾਉਣੇ ਕੱਟੇਗਾ ਚੰਗਾ ਬੀਜ ਬੀਜ ਲਵੇ ਮਾੜਾ ਬੀਜ ਲਵੇ ਉਸ ਵਧਣਾ ਪੈਣਾ ਇਹ ਛੋਟੀਆਂ ਛੋਟੀਆਂ ਥੋੜਾ ਜਿਹਾ ਧਿਆਨ ਮਾਰ ਲਈ ਇਸ ਦਿਨ ਗੱਲ ਹੋਵੇ ਕਿ ਬਹੁਤਾ ਸਮਾਂ ਚੱਲੇ ਇਕੱਠਾ ਹੋ ਰਹੀ ਹੈ ਕ੍ਰਿਸ਼ਨ ਭਗਵਾਨ ਸਮਾਂ ਗੁਜ਼ਰਿਆ ਦੁਆਪਰ ਯੁੱਗ ਦੇ ਅਵਤਾਰ ਬਹੁਤ ਵੱਡਾ ਪਰਿਵਾਰ ਭਗਵਾਨ ਦਾ 16,300 ਕਿੰਨੀਆਂ ਰਾਣੀਆਂ ਵਿਆਹੀਆਂ ਸਨ ਕਿਤਨੀਆਂ 16,000 ਤੇ ਭੂਮਾਂਤਰ ਦੈਂਤ ਨੂੰ ਮਾਰ ਕੇ ਉਹਦੇ ਪਾਸ ਜਾਂਦੀਆਂ ਕੁਝ ਵਿਆਹੀਆਂ ਸਨ ਉਸ ਤੋਂ ਪਿਛਲੇ ਜਨਮ ਚ ਰਾਮ ਚੰਦਰ ਹੁੰਦੇ ਆ ਜਦੋਂ ਸਿੱਧਿਆ ਜਹਾਦੀ ਕਰਨ ਵਾਸਤੇ ਵਿਆਹਣ ਵਾਸਤੇ ਰਾਜੇ ਜਨਕ ਤੇ ਗਏ ਤੇ ਕਈ ਰਾਜੇ ਇਕੱਤਰ ਹੋਏ ਤੇ ਇਕੱਤਰ ਹੋਏ ਉਸ ਵਿਚ ਬਹੁਤ ਬੀਬੀਆਂ ਵੀ ਆਈਆਂ ਸਨ ਨੌਜਵਾਨ ਬੱਚੀਆਂ ਵੀ ਆਈਆਂ ਸਨ ਅਵਤਾਰਾਂ ਦੇ ਸਰੀਰ ਦੁਨੀਆਂ ਦੇ ਲੋਕਾਂ ਨਾਲੋਂ ਵਿਲੱਖਣ ਹੁੰਦੇ ਨੇ ਵਧੀਆ ਸੁੰਦਰ ਹੁੰਦੇ ਪਾਤਮਾ ਦਾ ਰੂਪ ਵੀ ਹੁੰਦੇ ਅਵਤਾਰ ਵੀ ਹੁੰਦੇ ਹੈ ਤੇ ਭਗਵਾਨ ਰਾਮ ਚੰਦਰ ਚੜ੍ਹਦੀ ਕਲਾ ਦਾ ਸੁੰਦਰ ਰੂਪ ਅਵਤਾਰ ਤੇ ਬਹੁਤੀਆਂ ਦੇ ਮਨ ਤੇ ਆ ਗਿਆ ਇਹੋ ਜਿਹਾ ਪਤੀ ਸਾਨੂੰ ਪ੍ਰਾਪਤ ਉਹਨਾਂ ਨੂੰ ਪੁੱਤਰ ਦਿੱਤਾ ਜਨਮ ਵਿਸ਼ਵਾਸ ਕਰੂੰਗਾ ਇਸ ਕ੍ਰਿਸ਼ਨ ਭਗਵਾਨ ਰੂਪ ਜੋਤ ਪ੍ਰਗਟ ਹੋਏ ਜਿਵੇਂ ਭਗਵਾਨ ਸਰਦੈਂਤ ਬੜਾ ਆਖੀ ਸੀ ਉਹਨੇ ਰਾਜਿਆਂ ਮਹਾਰਾਜਿਆਂ ਹੋਰ ਆਮ ਬੇਅੰਤ ਇਕੱਠੀਆਂ ਕਰ ਲਈਆਂ ਕਹਿੰਦਾ 20,000 ਇਕੱਠੇ ਕਰਕੇ ਇੱਕ ਵਾਰੀ ਸ਼ਾਦੀ ਕਰਾਉ ਉਸ ਨਾਲ ਜੰਗ ਯੁੱਧ ਕਰਕੇ ਉਸ ਨੂੰ ਮਾਰ ਕੇ ਉਸ ਪਾਸ ਲੈ ਕੇ ਜਾਏ ਇਸ ਪ੍ਰਕਾਰ ਹਰੇਕ ਪਾਸੋਂ 8-8 ਪੁੱਤਰ ਪੈਦਾ ਕੀਤੇ ਬੰਦੇ ਦਾ ਕੰਮ ਤਾਰਾਂ ਦੀ ਆਪਣੀ ਪਰਚੀ ਹੈ ਡੇਢ ਹੈ ਉਹਨਾਂ ਦੀ ਚੋਜ ਹੈ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰਦਮ ਤੇਰਾ ਜੋ ਸਮਾਂ ਗੁਜ਼ਰਿਆ ਤੇ ਹੰਕਾਰੀ ਹੋ ਗਏ ਆਪਣੇ ਗੁਰੂ ਦਰਬਾਰਾਂ ਦੇ ਪਾਸੋਂ ਸ਼ਰਾਬ ਦਵਾ ਲਿਆ ਤੇ ਸ਼ਰਾਬ ਪੀ ਕੇ ਤੜਨਾ ਸ਼ੁਰੂ ਕਰਦਾ ਤੇ ਢਾਈਆਂ ਪੈਰਾਂ ਚ ਸਾਰੇ ਸ਼ਰਾਬ ਪੀ ਕੇ ਸਭ ਫੁੱਟ ਫੁੱਟ ਤੇ ਇੱਕ ਦੂਜੇ ਨੂੰ ਮਾਰ ਮਾਰ ਕੇ ਜਿਹੜੀ ਬਾਕੀ ਪੇਟ ਤੇ ਬੱਤੀ ਸੀ ਬੱਚੇ ਫੌਲ ਕਰਦੇ ਸੰਤਨ ਸਿੰਘ ਬਸ਼ਕਰੀ ਕੁੱਲ ਟੋਕਰ ਮਾਨ ਸੇਵਾ ਕਿਰਤ ਕਰੇ ਔਰ ਸਾਰੇ ਸਮਾਪਤ ਹੋ ਗਏ ਬਾਕੀ ਨਦੀ ਸੁੱਟੀ ਜਿਹੜੀ ਬੱਚੀ ਚਿੱਪਰ ਨਿਕਲ ਗਈ ਕੱਢ ਲੈਣ ਤੋਂ ਬਣਾ ਲਿਆ ਚਾਰੀ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ ਵਾਰਾਂ ਵਿਚ ਚਾਹੇ ਸੁੱਤਾ ਪ੍ਰਭਾਸ ਵਿਚ ਪੌਦੇ ਉੱਪਰ ਪਾਉਂ ਚਰਨ ਕਮਲ ਵਿਚ ਕਦਮ ਹੈ ਚਿੱਤੇ ਵੰਗ ਆਇਆ ਭਾਗਦਾ ਸਿਰਕ ਜਾਣ ਬਾਣ ਲੈ ਮਾਰੇ ਦਰਸ਼ਨ ਦਿੱਠੋਸ ਜਾਏ ਕਰਨ ਪਲਾਸ ਕਰੇ ਸਾਰੇ ਕਾਲਰ ਦਲੀਤਾ ਔਗੁਣ ਤੇ ਹਰ ਅੱਜ ਸਾਰੇ ਭਲੇ ਭਲੇ ਖੜ ਮੰਨਿਆਂ ਹਰ ਬੁਰਿਆਂ ਦੇ ਕਾਇਸ ਭਾਈ ਗੁਰਦਾਸ ਜੀ ਕਥਾ ਹੈ ਕਈ ਸੁਣਦੇ ਆ ਲੜਕੇ ਆ ਜਾਂਦੇ ਇਹ ਹਿੰਦੂਆਂ ਗੱਲ ਜਿਹੜਾ ਅਵਤਾਰ ਆਇਆ ਜਦੋਂ ਆਇਆ ਸਾਰਿਆਂ ਲਈ ਆਇਆ
ਤਿੰਨ ਬਾਕ ਕਿੰਨੀਆਂ ਹਿੰਦੂਆਂ ਨੇ ਅੰਮ੍ਰਿਤ ਛਕਿਆ ਕਿੰਨੇ ਤੇ ਨੇੜੇ ਹੋਏ, ਮਸਾਨਾ ਅੰਮ੍ਰਿਤ ਛਕਿਆ ਕਿੰਨੇ ਤੇ ਨੇੜੇ ਹੋਏ। ਅਠਾਰਾਂ ਸਾਖੀਆਂ ਨੇ ਇੱਕ ਦੋ ਨਹੀਂ, ਕੋਈ ਰੱਬ ਦੀ ਵੰਡ ਪਾਉਣ ਦੀ ਸ਼ਕਤੀ ਦੀ ਵੰਡ ਪਾਉਣ ਕੋਈ ਲੋੜ ਨਹੀਂ। ਭਾਈ ਸੁਰਾਜ ਗਲਤ ਕਿਉਂ ਲਿਖਣ? ਗੁਰੂ ਸਾਹਿਬ ਪ੍ਰਮਾਣ ਕੀਤਾ ਬਾਣੀ ਦੇ ਰੂਪ ਮਾਣ ਦਿੱਤਾ, ਭਾਈ ਗੁਰਦਾਸ ਨੇ ਬਾਰਾਂ ਸੋਈਆਂ ਜਾ ਕੇ ਹਰੀਹਰ ਖੇਤਰ ਵਿਚ ਗੋਡੇ ਦੇ ਪੈਰ ਰੱਖ ਕੇ ਤੰਦੇ ਪਏ। ਕ੍ਰਿਸ਼ਨ ਭਗਵਾਨ ਪੈਰ ਵਿਚ ਪਦਮ ਹੁੰਦਾ ਹੈ, ਅਵਤਾਰਾਂ ਦੇ ਰੇਖਾ ਹੁੰਦੀ, ਮਹਾਤਮਾ ਦੇ ਪੈਰ ਵਿਚ ਉਹ ਚਮਕਦੀ ਦੂਰੋਂ ਜਿਸ ਤਰ੍ਹਾਂ ਵੀ ਤਾਰਾ ਚਮਕਦਾ ਹੈ। ਸ਼ਿਕਾਰੀ ਜੰਗਲਾਂ ਚ ਫਿਰ ਰਿਹਾ ਉਹਨੇ ਮਹਿਸੂਸ ਕੀਤਾ ਦੂਰੋਂ ਘਰ ਚਾਪਦਾ ਹੈ, ਉਹਨੇ ਤੀਰ ਛੱਡ ਦਿੱਤਾ ਲੰਬੇ ਪਏ ਕ੍ਰਿਸ਼ਨ ਤੇ ਜਾ ਕੇ ਵੱਜ ਗਿਆ। ਉਸੇ ਬਾਤ ਦਾ ਬਣਿਆ ਸੀ ਜਿਹੜੀ ਦਰਬਾਰਾ ਰੀਤੀ ਨੇ ਸੁਰਾਖ ਦਿੱਤਾ ਵੀ ਤੁਹਾਡੇ ਕੋਲ ਦਾ ਨਾਸ ਕਰੂ। ਹੁਣ ਕਿਹੜੇ ਲੋਕ ਟਲਦੇ ਨੇ ਮਹਾਤਮਾ ਨੂੰ ਫੌਲ ਕਰਨ ਤੋਂ? ਬਰਾਬਰ ਆਉਂਦੇ ਮੈਂ ਨਹੀਂ ਕਹਿਣਾ ਚਾਹੀਦਾ ਕਿ ਸਾਰੇ ਆਵੇ ਸੇਵਾ ਕਰੋ ਤੇ ਚੁੱਪ ਭਰੀ ਪੁਲ ਗੁੱਪਣ ਦੀ ਰੀਤੀ ਨਹੀਂ ਚਾਹੀਦੀ। ਸੰਤਾਂ ਨਾਲ ਵੈਰ, ਤਮਾਮ ਦੇ ਸੰਤਾਂ ਨਾਲ ਬਹੁਤ ਪਿਆਰ, ਅੱਗੇ ਪਿੱਛੇ ਸੁੱਖ ਨਹੀਂ ਪਰ ਚੰਨੇ ਵਾਰੋ ਵਾਰ ਜਾ ਕੇ ਫਿਰ ਤਰਲੇ ਲੈਂਦਾ ਹੈ, ਬੇਨਤੀ ਕਰਦਾ ਜੀ ਮੇਰੇ ਗਲਤੀ ਹੋਈ। ਭਗਵਾਨ ਨੇ ਛਾਤੀ ਨਾਲ ਲਾ ਕੇ ਉਹਨੂੰ ਮਾਫ ਕਰ ਦਿੱਤਾ, ਤੇਰੀ ਕੋਈ ਗਲਤੀ ਨਹੀਂ। ਪਿਛਲੇ ਜਨਮ ਚ ਰਾਮ ਚੰਦਰ ਹੁੰਦਿਆਂ ਬਾਲੀ ਭਾਵ ਦੀ ਤਕਰੀਬ ਦੀ ਮਦਦ ਕਰਨ ਵਾਸਤੇ ਬਾਲੀ ਨੂੰ ਤੀਰ ਮੈਂ ਮਾਰਿਆ ਸੀ। ਤੂੰ ਬਾਲੀ ਸੀ, ਹਾਕੀ ਸੀ ਤੇ ਭਰਾ ਗਰੀਬ ਨੂੰ ਤੰਗ ਕਰਦਾ ਸੀ, ਤੇਰੀ ਖੜਕ ਪਿਆ ਮੈਂ ਰਾਮ ਚੰਦਰ ਬੋਲਿਓ ਮੈਂ ਤੈਨੂੰ ਤੀਰ ਮਾਰਿਆ ਤੇ ਤੂੰ ਹੁਣ ਮੈਨੂੰ ਮਾਰ ਲਿਆ, ਸਾਫ਼ ਬਰਾਬਰ। ਜੇ ਅਵਤਾਰਾਂ ਨੂੰ ਵੀ ਹਿਸਾਬ ਦੇਣਾ ਪੈਂਦਾ ਸੀ ਬਚ ਜਾਵਾਂਗੇ। ਮਤ ਕੋਈ ਜਾਣੇ ਜਾਏ ਅੱਗੇ ਪਾਏ ਜਿਹੇ ਕਰਮ ਪਾਏ ਜਿਹਾ ਹੋਏ ਸੀ, ਤਰਾਣ ਨਿੰਦ ਸਕਾਏ ਭੁੱਖੀ ਗਵਾਰੀ, ਸੁਖਿਰਤ ਸੁਖਿਰਤ ਫਾਰੋ ਕਰਮਰੀ, ਸੰਕਰਾ ਮਸਤ ਬਸਤਾ ਸੁਰਸਤੀ ਇਸ਼ਨਾਨ ਰੇ, ਕੁਲ ਜਨ ਵਧੇ ਮਿਲਿਓ ਸਾਰਕ ਪਾਨ ਰੇ ਕਰਮ ਕਰ, ਕਲੰਕ ਮਫੀਟ ਸ੍ਰੀ। ਚੰਦਰਮਾ ਦੀ ਸਾਡੀ ਹੈ ਜਿਨੇ ਮਨ ਆਈਆਂ ਕਰ ਲਈਆਂ ਤੇ ਵਿਕਾਰ ਭੋਗ ਲਏ ਤੇ ਕਲੰਕ ਡੱਕ ਗਿਆ ਤੇ ਡਾਉਣ ਲਈ। ਸ਼ਿਵਾ ਦੀ ਉਪਾਸ਼ਨਾ ਕੀਤੀ ਜਵਾਬ ਮਿਲਿਆ, ਗੰਗਾ ਦੀ ਉਪਾਸ਼ਨਾ ਕੀਤੀ ਜਵਾਬ ਮਿਲਿਆ। ਉਪਾਸ਼ਨਾ ਇਸ ਪ੍ਰਕਾਰ ਫਿਰ ਵੀ ਅਨੰਦ ਭਗਤ ਹੋਣ ਦਾ ਵਰ ਮਿਲਿਆ, ਪ੍ਰਗਟ ਹੋਏ। ਲੰਬੀ ਸਾਖੀ ਇੱਕ ਦਿਨ ਥੋੜੀ ਜਿਹੀ ਸੁਣਾਈ, ਦੁਬਾਰਾ ਬਹੁਤ ਸ਼ਾਂਤ ਰਿਹਾਈ ਗਏ ਤੇ ਹੋਰ ਇਸ਼ਾਰਾ ਕੀ ਇਸ਼ਾਰਾ ਹੋਰ ਜਿਸ ਵਕਾਸੀ ਦਵਾਨੀ ਤਾਂ ਚਿਹਰੇ ਸਵਾਰ ਪੰਕੀ ਰਾਏ ਗਰੜ ਤਾਂਚੇ ਬਾਦ ਵਾਹ ਕਰਮ ਕਰ ਅਰਣ ਸਿੰਘ ਲਾਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਤਲੋਚਕ ਭਗਤ ਦੇ ਸ਼ਬਦ ਨੇ। ਸਾਰੇ ਵਿਸ਼ਵ ਸੰਸਾਰ ਦਾ ਦੀਪਕ ਵਾ ਕੌਣ ਹੈ ਸੂਰਜ, ਵਿਸ਼ਵ ਕਾ ਦੀਪ ਸਾਪੇ ਤਾਂਚੇ ਸਵਾਰਥੀ, ਉਹਦਾ ਸਵਾਰਥੀ ਰਥ ਚਲਾਉਣ ਵਾਲਾ ਅਰਣ ਤੇ ਪੰਕੀ ਰਾਏ ਗਰੜ, ਜਿਹੜਾ ਪੰਖੀਆਂ ਦਾ ਰਾਜਾ ਗਰੜ ਹੈ ਉਹ ਹੈ ਵਿਸ਼ਨੂੰ ਭਗਵਾਨ ਦਾ ਵਾਹਨ। ਵਿਸ਼ਨੂੰ ਭਗਵਾਨ ਦਾ ਵਾਹਨ ਚਲਾਉਂਦਿਆਂ ਕਈ ਵਾਰੀ ਭਗਵਾਨ ਨੂੰ ਬੇਨਤੀ ਕੀਤੀ ਕਿ ਮੇਰੇ ਭਰਾ ਅਰਨ ਦਾ ਟਿਕਲਾਪਨ ਕਰ ਦਿਓ। ਕਹਿੰਦੇ ਉਹਨੇ ਪਿਛਲੇ ਜਨਮ ਚ ਜਾਨਵਰ ਦੀਆਂ ਲੱਤਾਂ ਤੋੜੀਆਂ ਤੇ ਉਹਨੂੰ ਸਜਾ ਮਿਲੀ ਹੈ, ਉਹ ਭੁੱਖ ਪੈਣੀ ਹੈ ਹੋ ਰਹੀ। ਸੋ ਵਿਸ਼ਨੂੰ ਭਗਵਾਨ ਦਾ ਵਾਹਨ ਗਰੜ ਉਹਦਾ ਭਰਾ ਪਿੰਗਲਾ ਹੈ ਤੇ ਸੂਰਜ ਦਾ ਵਾਹਨ ਅਰਨ ਉਹ ਖੁਦ ਪਿੰਗਲਾ ਹੈ। ਨਾਨ ਮਾਰ ਕੇ ਦੇ ਸੋ ਵਿਸ਼ਵ ਕਾ ਦੀਪ ਭਗਵਾਨ ਤਾਂਚੇ ਦੇ ਸਵਾਰ ਸੀ, ਪੰਖੀ ਰਾਏ ਗੜ ਤਾਂਚੇ ਸਵਾਰ, ਪੰਖੀ ਰਾਏ ਗੜ ਤਾਂਚੇ ਬਾਦ ਵਾਹ ਕਰਮ ਕਰ ਅਰਨ ਪਿੰਗਲਾਰੀ। ਫਿਰ ਕਹਿੰਦੇ ਅਨਕ ਪਾਤ ਤਹਾੜਤਾ ਤਿਰ ਭਵਨ ਨਾਦਰੀ, ਤੀਰ ਤੀਰਥ ਭਰਮ ਦਾ ਲਹਿ ਨਾ ਪਾਰੜੀ, ਕਰਮ ਕਰ ਕਪਾਲ ਮਸਤਰੀ। ਬੰਦਗੀ ਕਰਨ ਵਾਲਾ, ਲੋਕਾਂ ਨੂੰ ਵਰ ਦੇਣ ਵਾਲਾ, ਪਾਪ ਲੋਕਾਂ ਦੇ ਹਰਨ ਵਾਲਾ, ਜਦੋਂ ਬ੍ਰਹਮਾ ਕਥਾ ਕਰ ਰਹੇ ਸੀ ਆਪਣੀ ਬਣਾਈ ਉਮਰ ਤੋਂ ਵੱਧ ਵੇਖਿਆ ਵੀ 16 ਸ਼ਿਕਾਰ ਕੀਤੇ ਤੇ ਢੋਕਦੇ ਨੇ, ਉਹਦੀ ਪੁੱਤਰੀ ਦੇ ਢੋਕਦੇ ਸਨ ਵੇਖੀ ਜਾਂਦਾ ਹੈ। ਉਹ ਪਿਛਲੇ ਪਾਸੇ ਹੋ ਗਈ ਉਧਰ ਸਿਰ ਹੋਰ ਬਣਾ ਲਿਆ, ਦੂਜੇ ਤੀਜੇ ਚੌਥੇ ਪਾਸੇ ਹੋਈ ਸਿਰ ਹੋਰ ਬਣਾ ਲਿਆ, ਕਾਸ਼ਾਲੂ ਹੋਰ ਬਣਾ ਲਿਆ। ਉਸ ਮੌਕਾ ਸਭਾ ਚ ਬੈਠਾ ਸ਼ਿਵ ਜੀ ਨੂੰ ਬਸਾ ਕਪਾਲ ਮਾ ਪਾਰ ਕੇ ਤੀਰ ਤੇ ਭਾਵ ਕਰਸੂਲ ਤੇ ਉਹਦਾ ਸਿਰ ਕੱਟ ਲਿਆ ਤੇ ਕਪਾਲੀ ਹੱਥ। ਹੁਣ ਉਹ ਲੈਂਦੀ ਨਹੀਂ, ਤੀਰਥਾਂ ਦੇ ਨਹਾਉਂਦਾ ਫਿਰਦਾ ਹੈ।
ਜਗਾਦਰੀ ਤੋਂ ਪਰੇ ਕਪਾਲ ਮੋਚਣ ਤੇ ਰਾਣ ਮੋਚਣ ਦੋ ਤੀਰ ਇਕੱਠੇ ਨੇ। ਦਾਸ ਇੱਕ ਵਾਰੀ ਜਗਾਦਰੀ ਗਿਆ ਕਥਾ ਲਈ ਸੰਗਤਾਂ ਨੇ ਬੇਨਤੀ ਵਜਾਉਣ ਲਈ ਜੀ ਤੇ ਪੜਿਆ ਸੀ ਖਿਆਲ ਚ ਆਇਆ ਸੀ ਕਪਾਲ ਮੋਚਣ ਤੇ ਰਾਣ ਮੋਚਣ ਕਿੱਥੇ ਰਾਣ ਮੋਚਣ ਪਾਂਡਵਾਂ ਦੇ ਸ਼ਸਤਰ ਧੋਤੇ ਸੀ ਫਿਰ ਕਲਗੀਧਰ ਜੀ ਨੇ ਪਹਿਲਾਂ ਜੰਗ ਕਰਕੇ ਸ਼ਸਤਰ ਧੋਤੇ ਸੀ ਉਹਦੇ ਦਰਸ਼ਨ ਕਰਨੇ ਚਾਹੀਦੇ। 17-18 ਵੀ ਗਏ ਤੇ ਸੁੱਕਾ ਹੋਇਆ ਛੱਪੜ ਸੀ ਪਤਾ ਲੱਗਾ ਕਿ ਇੱਥੇ ਕਪਾਲੀ ਮੋਚਣ ਗਈ ਦੀਵਾਨ ਹੱਥ ਨਾਲੋਂ ਉਹ ਲੰਬੀ ਸਾਖੀ ਨਾ ਗਾਹ ਹੋਰ ਸੇੜਾ ਆਪਾਂ ਇਤਿਹਾਸ ਵਿਚਾਰ ਕਰਨੀ ਫਿਰ ਹੋਰ ਕਹਿੰਦੇ ਨੇ ਅਮਰ ਸਸਤੀ ਧਿੰਡ ਲਕਸ਼ਮੀ ਕਲਪ ਧਰ ਸਿੱਖ ਸੁਨਾਗਰ ਨਦੀ ਦੇ ਨਾ ਸੰਗ ਧਰਮ ਪਰਖ ਫਾਰਮ ਸਾਰੀਆਂ ਨਦੀਆਂ ਦਾ ਨਾਸ ਮਾਲਕ 999 ਨਦੀ ਦਾ ਬਾਦਸ਼ਾਹ ਨਦੀਆਂ ਅਤੇ ਬਾਹਾ ਪਵ ਹੈ ਸਮੁੰਦ ਨਾ ਜਾਣੀ ਹੈ ਸਮੁੰਦ ਸਾਹੋ ਸੁਲਤਾਨ ਕੌਣ ਤੋ ਉਹ ਖਾਰਾ ਕਿਵੇਂ ਹੋ ਗਿਆ ਜਿਸ ਵਿਚੋਂ 14 ਰਤਨ ਨਿਕਲੇ ਸਿੱਖਮਨ ਰੰਭਾ ਵਾਰੀਆਂ ਗਜਰਾਜ ਦੇਖਤੀ ਸਤਕਲਮ ਧਰ ਧਰਬਾਜ ਇੱਕ ਵਾਰੀ ਸਾਧੂ ਮਹਾਤਮਾ ਨੇ ਲੰਗਰ ਭੰਡਾਰਾ ਕਰਨਾ ਚਾਹਿਆ ਤੇ ਕਹਿੰਦੇ ਸਮੁੰਦਰ ਦੇਵਤਾ ਪਾਣੀ ਤੂੰ ਦੇਵੀ ਦਾ ਮੰਗ ਖਾਣੀ ਸਾਧਨਾ ਹੁਣ ਮੈਂ ਤੁਹਾਡਾ ਪਾਣੀ ਭਰਾਂ ਹੰਕਾਰ ਸੁੱਤੇ ਪੈਣ ਨੂੰ ਰਾਤ ਛਾਲਾ ਮਾਰ ਕੇ ਰੋੜ ਦਿੱਤਾ ਹੰਕਾਰ ਫਿਰ ਗਸਤ ਮੁਨੀ ਨੇ ਵਿਰਾਟ ਨੂੰ ਧਾਰ ਕੇ ਦਿੱਤਾ ਫਿਰ ਜੀਵ ਤੜਫਣ ਲੱਗੇ ਬੇਨਤੀਆਂ ਕਰਨ ਲੱਗੇ ਫਿਰ ਖਾਰਾ ਕਰਕੇ ਮੰਗਾਇਆ ਤੇ ਹੁਣ ਤੱਕ ਖਾਰਾ ਹੀ ਤ੍ਰਿਲੋਚਨ ਭਗਤ ਜੀ ਘਰ ਵਾਲੀ ਨੂੰ ਸਾਖੀਆਂ ਸੁਣਾ ਰਹੇ ਨੇ ਨਰਾਇਣ ਨੂੰ ਕਿਉਂ ਇੱਕ ਰੋਗ ਹੈ ਤੇ ਤੇਰੇ ਕਰਮਾਂ ਦਾ ਹਿੱਸਾ ਜੇ ਬੱਚਾ ਕਰ ਨਹੀਂ ਹੋਇਆ ਤੇਰੇ ਕਰਮਾਂ ਦਾ ਭਾਗ ਦਿੱਤਾ ਹੈ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਦੱਦਾ ਦੋਸ਼ ਨਾ ਦੇਉ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕਿਹਾ ਸੋ ਮੈਂ ਪਾਇਆ ਦੋਸ਼ਾਂ ਅਵਰ ਜਾਣਾ ਫਿਰ ਆਪ ਜੀ ਹੋਰ ਦਾਦੀ ਨੇ ਲੰਕਾ ਗਾੜੋ ਪਾੜੀ ਦੇ ਰਾਵਣ ਵੱਲ ਸਲ ਤੇ ਸਲ ਆਣ ਤੋਂ ਕਹਿੰਦੇ ਹੋਰ ਵੇਖ ਲਾ ਘਰ ਵਾਲੀ ਦਾਦੀ ਦੇ ਸਾੜ ਦਿੱਤਾ ਰਾਵਣ ਦਾ ਘਰ ਬਾਹਰ ਲੰਕਾ ਉਹ ਪਾੜੀ ਦੇ ਪੁੱਟ ਸੁੱਟਿਆ ਰਾਵਣ ਦਾ ਬਾਗ ਹਲ ਦੁੱਖਾਂ ਤੋਂ ਵਿਸਲ ਰਹਿਤ ਕਰਨ ਵਾਲੀ ਜੀਵਨੀ ਪੁੱਟੀ ਹਾੜੀ ਚੁੱਕ ਕੇ ਲੈ ਹਨੂੰਮਾਨ ਤੇ ਫਿਰ ਇੰਨੇ ਖੁਸ਼ ਹੋ ਗਏ ਭਾਵ ਲਕਸ਼ਮਣ ਨੇ ਜੂਤਿਆਂ ਕਰ ਲਿਆ ਤੇ ਭਗਵਾਨ ਇੰਨੇ ਖੁਸ਼ ਹੋ ਗਏ ਵੀ ਤੈਨੂੰ ਸਰਬੰਸ ਦਾਨ ਦੇਣਾ ਸਰਬੰਸ ਦਾਨ ਲੈਣ ਉਦੋਂ ਗਿਆ ਜਦੋਂ ਭਗਵਾਨ ਇਸ਼ਨਾਨ ਕਰਦੇ ਕੋਈ ਵਸਤੂ ਕੋਲ ਨੀ ਕੇਵਲ ਠਹਿਰਾ ਕਹਿੰਦੇ ਤੇਰੇ ਭਾਗਾਂ ਚ ਇਹੋ ਆ ਕਿਉਂ ਪਿਛਲੇ ਜਨਮਾਂ ਚ ਲੋਕਾਂ ਦੇ ਦਿੱਤੇ ਲਾਉਂਦਾ ਰਹੀ ਉਹ ਤੈਨੂੰ ਸਜਾ ਮਿਲੀ ਬਦਨ ਤੋਂ ਚੰਗੇ ਰਹਿਣ ਚੰਗੀ ਸਾਰੀਆਂ ਸਾਖੀਆਂ ਲੰਬੀਆਂ ਛੱਡੀਆਂ ਤੈ ਇੱਕ ਸ਼ਹਿਰਾ ਜਿਹੜਾ ਮੈਂ ਇਸ਼ਨਾਨ ਕਰਕੇ ਤੇਰੇ ਕੋਲ ਇਸ ਵੇਲੇ ਉਹ ਹੀ ਸਰਬੰਸ ਦਾਨ ਹੈ ਜੇ ਮੈਂ ਰਾਜ ਗੱਦੀ ਸੰਘਾਰ ਦੱਸੇ ਹੁੰਦਾ ਤੈਨੂੰ ਉਹ ਦੇ ਦੇਣਾ ਸੀ ਤੇਰੇ ਕਰਮਾਂ ਚ ਤੂੰ ਆਏ ਉਸ ਤੋਂ ਇਹੋ ਜਿਹੇ ਕਰਮ ਕੀਤੇ ਸੀ ਕੇਵਲ ਠਹਿਰਾ ਹੀ ਪ੍ਰਾਪਤ ਹੋਇਆ ਜਿਹੜਾ ਬਹੁਤ ਪੁਰਾਤਨ ਚੱਲਿਆ ਹੁੰਦਾ ਜੁਗਾਂ ਪ੍ਰਿਅੰਤ ਠਹਿਰਾ ਇਸ ਪ੍ਰਕਾਰ ਪੂਰਬ ਲੋਕ ਕਿਰਤ ਕਰਮ ਨਾ ਦਿੱਤੇ ਕਰਕੇ ਹਨ ਤਾਂ ਜੇ ਜਾਪੀ ਚੱਲੇ ਰਾਮ ਜੀ ਪਾੜੇ ਕੀਤੇ ਕਰਮ ਭੋਗਣ ਤੋਂ ਬਿਨਾਂ ਵਿਛੜੇ ਨਹੀਂ ਘਰ ਵਾਲੀ ਰੱਬ ਦਾ ਨਾਮ ਜਪ ਆਪਣੇ ਕਰਮਾਂ ਦਾ ਗੁਰਮੁਖੋ ਕਿੰਨੀਆਂ ਸਾਖੀਆਂ ਬਾਣੀ ਜਿਹੜੀਆਂ ਕ੍ਰਿਸ਼ਨ ਭਗਵਾਨ ਤੋਂ ਲੈ ਕੇ ਆਪ ਜੋ ਸਾਧੂ ਪਾਤਰ ਚੋਟੀਆਂ ਕਰਕੇ ਰੱਖੀਆਂ ਨੇ ਇਸ ਪ੍ਰਕਾਰ ਸਤਿਗੁਰ ਦੀ ਕਿਰਪਾ ਕਰਨਾ ਚੰਦਰਮਾ ਦਾ ਕਲੰਕ ਲੱਥਾ ਤੇ ਨਾ ਸ਼ਿਵਾਂ ਦਾ ਤੇ ਨਾ ਬ੍ਰਹਮਾ ਦਾ ਸੋ ਚਾਰੇ ਵੇਦ ਵਿਖਾਣ ਦਾ ਚੰਦਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਦੇਖ ਸੁਰਸਤੀ ਰੂਪ ਲਗਾਣਾ ਸਮੁੰਦਰ ਹੁਣ ਤੱਕ ਪਾਰਾ ਹੈ ਹਨੂੰਮਾਨ ਜੀ ਕੀ ਹਾਲਾਤ ਹੋਈ ਤੇ ਅਰਨ ਅਜੇ ਤੱਕ ਸਿੰਗਲਾ ਹੈ ਅਸੀਂ ਮਾਣੇ ਆਈਆਂ ਕਰੀ ਜਾਵਾਂਗੇ ਤੇ ਕਿੱਦਾਂ ਪਾਸ਼ਰ ਹੋਵਾਂਗੇ ਇਸ ਕਰਕੇ ਜਿਹੜੇ ਪੂਰਬਲੇ ਕਰਮ ਨੇ ਭੋਗਣ ਤੋਂ ਬਿਨਾਂ ਮਿਲਦੇ ਨੀ ਵੱਡਾ ਗਿਆਨ ਅੱਜ ਦੇ ਜੋ ਆਪਾਂ ਨੂੰ ਪ੍ਰਾਪਤ ਹੁੰਦਾ ਹੈ ਲੈਣ ਹੋਵੇ ਤੇ ਸਤਿਗੁਰੂ ਕਿਰਪਾ ਕਰਨ ਮਹੀਨਾ ਸੁਣਨ ਦਾ ਭਾਵ ਇਹ ਨੀ ਗ੍ਰੰਥੀ ਸਿੰਘ ਨੇ ਪੜਤਾ ਤੇ ਅਸੀਂ ਸੁਣ ਲਿਆ ਉਹ ਪੰਗਤੀਆਂ ਕਹਿੰਦੀਆਂ ਕੀ ਹੈ ਸਾਨੂੰ ਸੁਣਾਉਂਦੀਆਂ ਦੱਸਦੀਆਂ ਕੀ ਉਹਨੂੰ ਕਮਾਉਣਾ ਕਰੀਏ ਅੱਜ ਤੋਂ ਮਨ ਅੰਦਰ ਗੰਢ ਦੇ ਕੇ ਚੋਰੀ ਨਹੀਂ ਵਰਤਣੀ ਕਮਾਈ ਕਰਨੀ ਹੈ ਸੱਚਾ ਮਿੱਠਾ ਬੋਲਣਾ ਮਿਲ ਕੇ ਚੱਲਣਾ ਤਾਂ ਕਿ ਸਾਡੇ ਪੂਰਵਲੇ ਕਰਮ ਮਾੜੇ ਨਾ ਬਣ ਜਾਣ ਜੇ ਪਰਲਵਰ ਕੋਟੀ ਚ ਲਿਖੇ ਗਏ ਤੇ ਫਿਰ ਭੁੱਖ ਬਿਨਾਂ
ਇਸ ਪ੍ਰਕਾਰ ਹਵਾਲੇ ਮਿਲਦੇ ਨੇ ਇਨਸਾਰ ਦੋ ਤਿੰਨ ਵਾਰੀ ਵਿਚਾਰਾਂ ਉਸਤਾਰ ਬਹੁਤਾ ਕੁਛ ਨਾ ਕਹਾਂ ਆਓ ਜੋ ਲੜੀਵਾਰ ਚੱਲ ਰਿਹਾ ਇਤਿਹਾਸ ਆਪ ਸੁਣ ਰਹੇ ਹੋ ਅਕਾਲ ਪੁਰਖ ਦੀ ਸਰਵਨ ਜੋਰ ਸਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਡੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਧਰਤੀ ਤੇ ਪ੍ਰਗਟ ਹੋਏ ਜੋ ਆਪ ਜੀ ਧਰਤੀ ਤੋਂ ਚੱਲ ਕੇ ਸੁਮੇਰ ਪਰਬਤ ਦੇ ਸਿੱਧਾਂ ਕੋਲ ਆਏ ਜੋ ਸਿੱਧਾਂ ਨਾਲ ਚਰਚਾ ਹੋਈ ਸਿੱਧ ਨਗੋਸ਼ਟਾਂ ਵਿਚ ਬਾਣੀ ਉਤਾਰੀ ਕਈਆਂ ਦੇ ਹੰਕਾਰ ਤੇ ਮਾਣ ਤੋੜੇ ਕਈਆਂ ਨੂੰ ਵਡਿਆਇਆ ਸੱਚ ਨਾ ਲਾਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਉਥੋਂ ਵਿਦਾ ਹੋ ਕੇ ਅੱਗੇ ਗਏ ਸਨ ਦੱਤਾ ਤ੍ਰਿਓ ਜਿਹੜਾ ਕਾਲ ਪੁਰਖ ਨੇ ਭੇਜਿਆ ਸੀ ਸਿਆਸ ਪਖਸ਼ ਚਲਾਇਆ ਉਹਨੂੰ ਦਰਸ਼ਨ ਦੇ ਕਰਕੇ ਨਿਹਾਲ ਕੀਤਾ ਸਾਸ ਟੁੰਡ ਜਿਹਦੀ ਬਹੁਤ ਜ਼ਿਆਦਾ ਲੰਬੀ ਉਮਰ ਹੈ ਦੱਸਿਆ ਵੀ ਕਈ ਵਾਰੀ ਮੇਰੇ ਵਿੱਚ ਪਰਲੋ ਹੋਈ ਕਈ ਵਾਰੀ ਰਾਮਚੰਦਰ ਆਏ ਕਈ ਸਿੱਖ ਆਏ ਕਈ ਇੱਥੋਂ ਚਲੇ ਗਏ ਕਈ ਵਾਰੀ ਧਰਤੀ ਪਾਰਤੀ ਹੋਈ ਕਈ ਵਾਰੀ ਸਾਜਣਾ ਹੋਈ ਮੈਨੂੰ ਵਰ ਮਿਲਿਆ ਹੋਇਆ ਮੈਂ ਆਪਣੀ ਮਰਜ਼ੀ ਨਾਲ ਸਰੀਰ ਛੱਡੂ ਰਿਸ਼ੀਆਂ ਮੁਨੀਆਂ ਨੂੰ ਕਥਾ ਸੁਣਾਉਂਦਾ ਤੇ ਨਾਲ ਇਹ ਵੀ ਦੱਸਦਾ ਹੈ ਮੈਨੂੰ ਪਿਛਲੇ ਸਾਰੇ ਜਨਮਾਂ ਦਾ ਪਤਾ ਮੈਂ ਕਿੰਨੀ ਧਾਰੀ ਹੈ ਕੋਈ ਇਹੋ ਜਿਹੀ ਅਤਿਰਿਕਤ ਚੋਣ ਛੋਟੀ ਮੋਟੀ ਸੁਣਨੀ ਜਿਹੜੀ ਮੈਂ ਨਾ ਧਾਰੀ ਹਾਲਾਤ ਸਾਡੀ ਵੀ ਇਹੋ ਹੀ ਹੈ ਪਰ ਸਾਨੂੰ ਗਿਆਨ ਸਾਨੂੰ ਪਤਾ ਉਹ ਸਾਨੂੰ ਦੱਸ ਰਿਹਾ ਸਿੱਖਿਆ ਲੈਣੀ ਚਾਹੀਦੀ ਹੈ ਪਿੱਛੇ ਚੁਰਾਸੀ ਭੋਗਦੇ ਆਏ ਹਾਂ ਤੇ ਅੱਗੇ ਹੋਰ ਨਾ ਭੋਗਣਾ ਪਵੇ ਜੋ ਮਨੁੱਖ ਜਾਤੀ ਸਰੀਰ ਚ ਮਿਲਿਆ ਤਾਂ ਹੀ ਕਿਹਾ ਇਹ ਤੇਰੀ ਅਵਸਰ ਇਹ ਤੇਰੀ ਬਾਰ ਧਰਤੀ ਸਰਕਾਰ ਕਹਿਤ ਕਬੀਰ ਜੀਤ ਕੇ ਹਾਰ ਬਹੁਤ ਕਹੋ ਪੁਕਾਰ ਘੜੀ ਬੜੀ ਘੜੀ ਬੜੀ ਤੁਹਾਨੂੰ ਪੁਕਾਰ ਕੇ ਕਹਿਆ ਦੱਸੋ ਕੀ ਕਰੀਏ ਬਜਹੋ ਗੋਬਿੰਦ ਬੁਲ ਮਤ ਜਾਹੋ ਮਾਨਸ ਜਨਮ ਦਾ ਇਹ ਜਾਹੋ ਵਾਰੀ ਮਿਲੀ ਤੇ ਸੁਣਾ ਮਿਲਿਆ ਸਹੀ ਪ੍ਰਾਪਤ ਮਾਨੁਖ ਦੇ ਹੁਰੀਆ ਪਰ ਕਰਦੇ ਕੀ ਖਾਣਾ ਪੀਣਾ ਹੱਸਣਾ ਸੌਣਾ ਬਿਸਤਰ ਗਿਆ ਹੈ ਮਰਨਾ ਖਸਮ ਵਿਸਾਰ ਖੁਵਾਰੀ ਤ੍ਰਿਗ ਜੀਵਨ ਨਹੀਂ ਰਹਿਣਾ ਰਹਿਣਾ ਤੇ ਕਿਸੇ ਵੀ ਨਹੀਂ ਪਰ ਜਿੰਨਾ ਜਿਉਂਦੇ ਆ ਜਿਉਣ ਨੂੰ ਤ੍ਰਿਕਾਰ ਨਾਨਕ ਤੇ ਖਾਣ ਪੀਣ ਹੱਸਣ ਸੌਣ ਦੀ ਜ਼ਿੰਦਗੀ ਨਗਾਈ ਜਾਂਦੇ ਆ ਇਸ ਪ੍ਰਕਾਰ ਗੁਰਬਾਣੀ ਸਿੱਖਿਆ ਦਿੰਦੀ ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਤੋਂ ਅੱਗੇ ਚੱਲ ਕੇ ਜਿਹੜਾ ਪ੍ਰਹਿਲਾਦ ਭਗਤ ਹੋਇਆ ਹੈ ਪ੍ਰਹਲਾਦ ਜਿਸ ਦਾ ਪਿਤਾ ਸੀ ਉਸਨੇ ਵਰ ਲਏ ਸੀ ਮੈਂ ਇਸ ਤਰ੍ਹਾਂ ਵਰਾਂ ਨਾ ਤੇ ਉਹਦੇ ਭਾਵ ਆਪ ਜੀ ਆਸ਼ਰਮ ਤੇ ਚਲੇ ਗਏ ਉਹਦੇ ਅਸਥਾਨ ਤੇ ਚਲੇ ਗਏ ਨੇ ਉਸਦਾ ਪ੍ਰਸੰਗ ਹੁਣ ਰੰਭ ਹੋਇਆ ਇਹਦੀ ਰਮਤਾ ਗ੍ਰੰਥਾਂ ਅਨੁਸਾਰ ਐਵੇਂ ਹੈ ਜੈ ਤੇ ਵਿਜੈ ਦੋ ਭਰਾ ਪਹਿਰੇਦਾਰ ਨੇ ਭਗਵਾਨ ਦੇ ਤੇ ਬ੍ਰਹਮਾ ਦੇ ਪੁੱਤਰ ਵੱਡੇ ਤਾਰਤ ਸ਼ਿਵੇ ਸਨਕ ਸਨੰਦਨ ਸੰਤ ਕੁਮਾਰ ਚਾਰ ਛੋਟੇ ਭਾਈ ਬੜੀ ਬੰਦਗੀ ਵਾਲੇ ਹੈ ਸੰਤ ਸੁਭਾਅ ਦੇ ਹੈ ਸੰਤ ਸੰਤਨ ਦੇ ਕਈ ਥਾਈ ਪ੍ਰਮਾਣ ਗੁਰਬਾਣੀ ਚ ਹਜ਼ੂਰ ਨੇ ਲਿਖੇ ਨੇ ਸੰਤ ਹੋਰ ਵੀ ਕਈ ਨੇ ਸੰਤ ਸਨੰਦਨ ਦੀਆਂ ਪੰਕਤੀਆਂ ਨੇ ਇਹਨਾਂ ਨੇ ਵਰ ਮੰਗਿਆ ਭਗਵਾਨ ਜੀ ਕਿਰਪਾ ਕਰੋ ਸਾਨੂੰ ਇਹ ਵਰ ਦਿਓ ਸਾਡੀ ਅਵਸਥਾ ਸਦਾ ਲਈ ਪੰਜ ਸਾਲ ਦੇ ਬਾਲਕ ਵਰਗੀ ਬਣੀ ਪੰਜ ਸਾਲ ਦਾ ਬਾਲਕ ਛੋਟਾ ਹੁੰਦਾ ਦੋਸ਼ਾਂ ਤੋਂ ਰਹਿ ਦੋ ਪ੍ਰਵਸਥਾ ਦਾ ਮਾਲਕ ਮੰਨਿਆ ਜਾਂਦਾ ਜ਼ਿੰਮੇਵਾਰੀ ਮਾਂ ਪਿਓ ਦੀ ਛੋਟੇ ਬਾਲਕ ਤੇ ਦੂਜੀ ਇਹ ਬਖਸ਼ ਕਰੋ ਵੀ ਜਦੋਂ ਮਰਜ਼ੀ ਤੁਹਾਡੇ ਦਰਬਾਰ ਦਰਸ਼ਕਾਂ ਨੂੰ ਆਈਏ ਸਾਨੂੰ ਕੋਈ ਰੋਕੇ ਕਿਤੇ ਕੋਈ ਜਾਣ ਹੀ ਦਿੰਦਾ ਜੇ ਮਹਾਂਪੁਰਖ ਉੱਤੇ ਹੋਏ ਨੇ ਜੇ ਮਹਾਂਪੁਰਖ ਇਨਾਨ ਕਰਦੇ ਨੇ ਮਹਾਂਪੁਰਖ ਨਿਯਮ ਕਰਦੇ ਨੇ ਇਸ ਤਰ੍ਹਾਂ ਵੀ ਬਹੁਤਾ ਯੋਗ ਨਹੀਂ ਕਿ ਅਫਸਰਾਂ ਤੋਂ ਉੱਤੇ ਬਣ ਕੇ ਬਹਿ ਜਾਓ ਗਰੀਬ ਵਿਚਾਰਾ ਤਰਸ ਤਰਸ ਕੇ ਮੁੜ ਜਾਵੇ ਮਹਾਂਪੁਰਖਾਂ ਨੂੰ ਪਤਾ ਵੀ ਨਹੀਂ ਹੁੰਦਾ ਸੇਵਾਦਾਰ ਹੀ ਨਹੀਂ ਗਾਂ ਜਾਣਦੇ ਕਈ ਵਾਰੀ ਇਸ ਤਰ੍ਹਾਂ ਹੋਈ ਹੈ ਇਸ ਤਰ੍ਹਾਂ ਵੀ ਨਹੀਂ ਹੋਣੀ ਚਾਹੀਦੀ ਇਹ ਮੈਨੂੰ ਇਹ ਖੁੱਲ ਦਿਓ ਜਦੋਂ ਸਾਡਾ ਜੀ ਕਰੇ ਉਦੋਂ ਆ ਕੇ ਦਰਸ਼ਨ ਕਰੇ ਜਾਓ ਤੁਹਾਨੂੰ ਖੁੱਲ ਗੁਰਮੁਖ ਆਵੇ ਜਾਏ ਤੰਗ ਬਾਣੀ ਚ ਪੰਕਤੀਆਂ ਇਹ ਚਾਰੇ ਭਾਈ ਆਪਣੀ ਮੌਤ ਗਏ ਜੈ ਬਜੈ ਨੇ ਰੋਕ ਦਿੱਤਾ ਭਾਵੇਂ ਤੁਹਾਨੂੰ ਖੁੱਲ ਮਿਲੀ ਜਾਓ ਕੋਈ ਡੇੜਾ ਤੇ ਵੇਖ ਲਿਆ ਕਰੋ ਭਗਵਾਨ ਆਰਾਮ ਕਰ ਲਿਆ ਤੁਸੀਂ ਆ ਗਏ ਹੋ ਇਹ ਸਾਨੂੰ ਖੁੱਲ ਮਿਲੀ ਅਸੀਂ ਜਾਣਾ ਜ਼ਰੂਰ ਨਹੀਂ ਜਾਣ ਦੇਣਾ ਚਾਹੋ ਦੈਂਤ ਬਣ ਕੇ ਧਰਤੀ ਦੇ ਵਿਚ ਖਲੋਣ ਦੇ ਯੋਗ ਹੀ ਨਹੀਂ ਸਰਾਫ ਦੇ ਗਏ ਭਗਤ ਮੁਖਾਂ ਤੇ ਬੋਲਦੇ ਤੇ ਬਚਨ ਹੋਵੰਦੇ ਹੁਣ ਸਰਾਫ ਪੂਰਾ ਹੋਣਾ ਹੈ ਜਾ ਕੇ ਭਗਵਾਨ ਨੂੰ ਦੱਸਿਆ ਜੀ ਸਨਕ ਸਨੰਦ ਮਹਾਤਮਾ ਸਰਾਫ ਦੇ ਗਏ ਹੈ ਤੇ ਜੋ ਮੇਰੇ ਸੰਤਾਂ ਕਹਿ ਦਿੱਤਾ ਉਹ ਹੋਵੇਗਾ ਮੈਂ ਨਹੀਂ ਟਾਲ ਸਕਦਾ
ਸਾਨੂੰ ਭੁੱਗਣਾ ਹੀ ਪੈਣਾ, ਦੈਂਤ ਪੜ੍ਹਨਾ ਹੀ ਪੈਣਾ। ਕਹਿੰਦੇ ਜੀ ਕਿਰਪਾ ਕਰੋ ਕਿ ਮਿਲਾਂਗੇ ਕਦੋਂ? ਕਹਿੰਦੇ ਜੇ ਤੇ ਸਾਡੇ ਨਾਲ ਵੈਰ ਕਰੋਗੇ ਤੇ ਫਿਰ ਤਿੰਨ ਜਨਮਾਂ ਚ ਮਿਲ ਲਵਾਂਗੇ, ਜੇ ਲਭਾਵ ਜੇ ਭਗਤੀ ਕਰੋਗੇ ਤੇ ਸੱਤ ਜਨਮ। ਚੰਗਾ ਜੀ ਵੈਰ ਹੀ ਕਰਾਂਗੇ। ਇਸ ਪ੍ਰਕਾਰ ਹਿਰਤ ਭਗਤ ਹਰਨਾਮ ਕਪਾਲ ਤੇ ਕੁੰਭ ਕਰਦੇ ਰਾਵਣ, ਉਹ ਦੋ ਭਰਾ ਬਣਦੇ ਆਏ। ਨਾਲ ਭਗਵਾਨ ਅਵਤਾਰ ਧਾਰਦਾ ਰਿਹਾ ਤੇ ਸਾਖੀ ਕਾਇਮ ਕਰਨ ਜੰਗ ਯੁੱਧ ਹੁੰਦੇ ਰਹੇ, ਸਾਨੂੰ ਸਿੱਖਿਆ ਦੇਣ। ਇਸ ਤਰ੍ਹਾਂ ਇਸਦੀ ਰਮਤਾ ਹੈ। ਉਹਦੇ ਘਰੇ ਹਰਨਾਕ ਦੇ ਪ੍ਰਹਿਲਾਦ ਪੁੱਤਰ ਪੈਦਾ ਹੋਇਆ। ਉਹਦੇ ਅਸਥਾਨ ਤੇ ਉਹਨੇ ਜੋ ਬੰਦਗੀ ਕੀਤੀ ਤੇ ਪ੍ਰਹਿਲਾਦ ਦੀਆਂ ਸਾਖੀਆਂ ਬੇਅੰਤ ਬਾਣੀ ਰੋਜ਼ ਪੜ੍ਹਦੇ ਹੋ, ਆਓ ਸਰਵਣ ਕਰੀਏ। ਉੱਥੇ ਪਹੁੰਚਣ ਤੋਂ, ਮਹਾਰਾਜ ਸਾਹਿਬ ਦੇ ਦਰਸ਼ਨ ਵੇਲੇ ਕਰਾਉਣ ਤੋਂ, ਇਸ ਪ੍ਰਕਾਰ ਬਾਲਾ ਜੀ ਦੇ ਪੁੱਛਣ ਤੋਂ ਪ੍ਰਹਿਲਾਦ ਆਪਣੇ ਪਿਤਾ ਰਿਹਾ ਹੈ। ਬਾਲਾ ਜੀ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੇ ਮੋਖਾ ਪੈੜਾ ਜੀ ਦੇਖ ਰਹੇ ਨੇ। ਉਹ ਜਨਮ ਸਾਖੀ ਛੰਦਾ ਬੰਦੀ ਚ ਕਲਮ ਬੰਦ ਕਰਕੇ ਸਾਨੂੰ ਦੱਸ ਰਹੇ, ਦਿਲ ਕੇ ਵਿਚਾਰ ਸਾਂਝੇ ਕਰੀਏ। ਦੋਹਰਾ ਸ੍ਰੀ ਗੁਰ ਚਰਨ ਸ਼ਰਨ ਪਰ ਜਨਮ ਮਰਨ ਹਰ ਪੀਰ। ਰੰਭ ਵਿਚ ਆਪ ਜੀ ਨੇ ਜੋ ਦੋਹਰਾ ਲਿਖਿਆ, ਸ੍ਰੀ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਚਰਨਾਂ ਦੀ ਸ਼ਰਨ ਭਾਰ ਜਿਹੜਾ ਪੈ ਗਿਆ, ਗੁਰੂ ਦੀ ਸ਼ਰਨੀ ਪਿਆਰ ਨਾ ਆ ਕੇ ਪੱਤਣ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸੇ ਸਰੂਪ ਜਾਣ ਕੇ, ਗੁਰੂ ਜਾਣ ਕੇ, ਸ਼ਕਤੀ ਜਾਣ ਕੇ ਪਰਮੇਸ਼ਵਰ ਜੀ ਜਨਮ ਮਰਨ ਹਰ ਪੀੜ, ਜੰਮਣ ਵਾਲਾ ਦੁੱਖ ਤੇ ਮਰਨ ਵਾਲਾ ਦੁੱਖ ਪੀੜ ਉਹਦੀ ਹਰੀ ਨਾਸ ਹੋ ਕਰ ਦੂਗਾ, ਖਤਮ ਹੋ ਜਾਊ ਉਹਦੀ ਜੰਮਣ ਵਰਤੇ ਦੁੱਖਾਂ ਤੋਂ ਰਹਿਤ ਹੋ ਜਾਊ। ਜਯੋ ਪਾਰਸ ਰੰਗ ਤੇ ਮਿਲੇ ਦਾਰਦ ਰਹੇ ਨਾ ਪੀਰ। ਅੱਗੇ ਕਵੀ ਜੀ ਕਹਿੰਦੇ ਜਿਵੇਂ ਪਾਰਸ ਇੱਕ ਪੱਥਰ ਹੁੰਦਾ ਹੈ, ਦੋਹੇ ਨੂੰ ਪਿੱਤਲ ਤਾਂਬੇ ਨੂੰ ਇਹ ਕਿਸੇ ਵਸਤੂ ਅੱਠਾਂ ਧਾਤਾਂ ਤੋਂ ਛੁਆ ਦੇਵੋ ਉਹਨੂੰ ਸੋਹਣਾ ਬਣਾਉਣ, ਕਿਸੇ ਪਾਰਸ ਤੋਂ ਰੰਗ ਗਰੀਬ ਨੂੰ ਕੰਗਾਲ ਨੂੰ ਮਿਲ ਜਾਵੇ, ਦਰਦ ਰਹੇ ਨਾ ਤੀਰ ਉਹਦੇ ਤੀਰ ਕੋਲ ਦਲਿੱਦਰ ਗਰੀਬ ਨਹੀਂ ਰਹਿੰਦੀ ਡੱਟ ਜਾਂਦੀ। ਜਿਹਨੂੰ ਪਾਰਸ ਮਿਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸ਼ਰਣੀ ਪੈ ਗਿਆ, ਉਹਦੇ ਜੰਮਣ ਮਰਦੇ ਦੁੱਖ ਮਿਲ ਜਾਂਦੇ ਨੇ। ਜਿਹੜਾ ਗੁਰਬਾਣੀ ਇਤਿਹਾਸ ਨਾਲ ਜੁੜ ਗਿਆ ਉਹਨੂੰ ਪ੍ਰਾ ਪਾਰਸ ਰੂਪ ਗੁਰਬਾਣੀ ਮਿਲ ਗਈ, ਉਹਦੀ ਕਕਾਲੀ ਦੂਰ ਹੋ ਜਾਵੇਗੀ। ਸ੍ਰੀ ਗੁਰਕੀਨ ਪਿਆਨੰ ਸ੍ਰੀ ਬਾਲਾ ਜੀ ਸੰਧੂ ਵਾਜ ਕੀ ਕਹਿੰਦੇ ਹੈ, ਗੁਰ ਅਗਰਜ ਸ੍ਰੀ ਗੁਰਕੀਨ ਪਿਆਨੰ। ਅਗਰਜ ਪਾਉਸ ਮੋਕਾ ਆਪ ਜੀ ਕਾਕ ਸੁੰਡ ਨੂੰ ਨਵਾਜ ਕੇ, ਦੱਤਾਤਰੇ ਨੂੰ ਨਵਾਜ ਕੇ ਅਗਰਜ ਚਲੇ ਗਏ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਿਆਨਾ ਕੀਤਾ, ਜਾਣਾ ਕੀਤਾ। ਅਲਲਾਚੀਨ ਬਿਹੰਗ ਚੇ ਸਾਨੰ ਇੱਕ ਹੋਰ ਨੂੰ ਨਿਵਾਜਿਆ, ਉਹਦਾ ਨਾਂ ਸੀ ਅਲਲਾ ਬਿਹੰਗ ਜਾਨਵਰ, ਬਹੁਤ ਵੱਡੇ ਸਰੀਰ ਤੇ ਆਕਾਰ ਵਾਲਾ ਹੈ, ਉਹਦੇ ਸਥਾਨ ਤੇ ਪਹੁੰਚੇ ਹਨ। ਗਗਨ ਗਹਿਤ ਜੋ ਨਿਜ ਪਗ ਏਡੇ ਬਲ ਵਾਲਾ ਹੈ, ਗਗਨ ਗਹਿਤ ਆਕਾਸ਼ ਨੂੰ ਚੜ ਜਾਂਦਾ, ਉੱਡ ਜਾਂਦਾ, ਧਰਤੀ ਆ ਜਾਂਦਾ ਤੇ ਨਿਜ ਪਗ ਚੁੰਕੇ, ਚੁੰਝ ਬੜੀ ਵੱਡੀ ਹੈ, ਪਗ ਪੈਰ ਬੜੇ ਤਗੜੇ ਨੇ। ਹਰਨ ਸੂਰਾਂ ਵਰਗੇ ਜਾਨਵਰਾਂ ਨੂੰ ਕਿਸੇ ਨੂੰ ਚੁੰਝ ਚ ਫੜ ਲੈਂਦਾ ਤੇ ਕਿਸੇ ਨੂੰ ਪੈਰਾਂ ਚ ਪਹੁੰਚਿਆ ਚੜਾ ਲੈ, ਉੱਡ ਕੇ ਚਲੇ ਜਾਂਦਾ, ਇਹੋ ਜਿਹਾ ਜਾਨਵਰ ਹੈ। ਲੇ ਕਰ ਉੱਡ ਜਾਵੇ ਨਭ ਉੱਚੇ, ਨਭ ਆਕਾਸ਼ ਦੇ ਉੱਚੇ ਥਾਂ ਤੇ ਪੈਰਾਂ ਚੜਾ ਕੇ ਚੁੰਝ ਪਕੜ ਕੇ ਜਾਨਵਰ ਚੜ ਜਾਂਦਾ ਉੱਡ ਕੇ। ਜਿਨਕੋ ਦੀਰਘ ਦੇਹ ਆਕਾਰਾ ਉਹਦਾ ਆਕਾਰ ਸਰੀਰ ਦਾ ਦੇਹ ਦਾ ਬਹੁਤ ਵੱਡਾ, ਦੀਰਘ ਵੱਡਾ, ਵੱਡੇ ਆਕਾਰ ਦਾ ਜਾਨਵਰ ਹੈ। ਯੁਗ ਪੰਖਨ ਕੋ ਵੱਡ ਵਿਸਤਾਰਾ ਉਹਦੇ ਯੁਗ ਦੋ ਜਿਹੜੇ ਪੰਖ ਨੇ ਨਾ ਉਹਨਾਂ ਦਾ ਵਿਸਥਾਰ ਬੜਾ ਲੰਬਾ ਹੈ, ਬਹੁਤ ਖੁੱਲਾ, ਉੱਡਣ ਵਾਲੇ ਜਹਾਜ਼ ਦੀ ਤਰ੍ਹਾਂ ਸੰਭੇ ਖੰਭ ਨੇ ਉਸਦੇ। ਉਹਦੇ ਜਹਾਂ ਪਹੁੰਚੇ ਸੁਖ ਰਾਸਾ ਉਸ ਥਾਂ ਤੇ ਸੁੱਖਾਂ ਨੂੰ ਦੇਣ ਵਾਲੇ ਸੁੱਖਾਂ ਦੇ ਰਾਸ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਪਹੁੰਚ ਗਏ ਹਨ। ਕਰਤ ਤਾਂ ਪ੍ਰਹਿਲਾਦ ਸੁਬਾਸਾ ਉੱਥੇ ਕਰਤ ਤਾਂ ਪ੍ਰਹਿਲਾਦ ਭਗਤ ਬਾਸਾ ਨਿਵਾਸ, ਉਹ ਵੀ ਉੱਥੇ ਰਹਿਣ, ਉਹਦਾ ਆਸ਼ਰਮ ਵੀ ਉੱਥੇ। ਲੋਚਨ ਮੁੰਦਰਿਤ ਬੈਠੇ ਜਹਿਵਾ ਪ੍ਰਹਿਲਾਦ ਭਗਤ ਦੋਵੇਂ ਲੋਚਨ ਨੇਤਰ ਮੂਰ ਕੇ ਖੰਗ ਬਾਧੀ ਲਾ ਕੇ ਜਹਿਵਾ ਜਿਸ ਥਾਂ ਤੇ ਬੈਠਾ ਸੀ। ਚੱਲ ਸ੍ਰੀ ਨਾਨਕ ਪਹੁੰਚੇ ਤਹਿਵਾ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਤਹਿਵਾ ਉਸ ਥਾਂ ਤੇ ਪਹੁੰਚ ਕੇ ਗੁਰੂ ਅੰਗਦ ਜੀ ਬਾਲਾ ਜੀ ਸੁਣਾ ਰਹੇ,
ਉਸ ਥਾਂ ਤੇ ਮਹਾਰਾਜ ਸਾਹਿਬ ਜੀ ਪਹੁੰਚ ਗਏ ਹਨ। ਸ੍ਰੀ ਕਰਤਾਰੰ ਸ੍ਰੀ ਕਰਤਾਰਾ ਗੁਰੂ ਨਾਨਕ ਪਾਤਸ਼ਾਹ ਸਤ ਕਰਤਾਰ ਸ੍ਰੀ ਕਰਤਾਰ ਰਸਨਾ ਤੋਂ ਕਾਲ ਪੁਰਖ ਦਾ ਨਾਮ ਭਾਵ ਉਚਾਰਨ ਹੈ। ਉਚੀ ਧੁਨ ਕੀਨੇ ਉਚਾਰਾ ਉਚੀ ਧੁਨ ਨਾਲ ਰਸਨਾ ਤੋਂ ਇਹ ਸਤ ਕਰਤਾਰ ਮਹਾਰਾਜ ਸਾਹਿਬ ਜੀ ਨੇ ਉਚਾਰਿਆ ਹੈ। ਉਹ ਧਿਆਨ ਜਬ ਪ੍ਰਭ ਕੋ ਦੇਖਾ ਧਿਆਨ ਉਹਦਾ ਜਿਹੜਾ ਸੁਰਤੀ ਜੋੜੀ ਸੀ ਪ੍ਰਹਿਲਾਦ ਭਗਤ ਨੇ ਉਹ ਧਿਆਨ ਸੁਰਤੀ ਛੁੱਟ ਗਈ ਸਾਹਮਣੇ ਦੇਖਾ ਧੰਨ ਗੁਰੂ ਨਾਨਕ ਪਾਤਸ਼ਾਹ ਪ੍ਰਭੂ ਜੀ ਨੂੰ ਮਾਨ ਮੈਂ ਬਿਸਮਤ ਭਾਇਓ ਬਿਸ਼ੇਖਾ ਮਾਨ ਵਿਚ ਬੜਾ ਬਿਸਮਤ ਖੁਸ਼ ਪ੍ਰਸੰਨ ਹੋਇਆ ਹੈਰਾਨ ਵੀ ਹੋਇਆ ਦੇਖ ਤੌਰ ਇਸ ਦੁਨੀਆਂ ਤੇ ਮੇਰੀ ਧਰਤੀ ਤੇ ਆਮ ਬੰਦਾ ਨੀ ਪਾ ਸਕਦਾ ਕੋਈ ਵਿਸ਼ੇਸ਼ ਹੀ ਹੋਵੇਗਾ ਖੁਸ਼ ਹੋਇਆ ਤੇ ਪੁੱਛਦਾ ਹੈ ਉਹ ਜੇ ਕੌਣ ਕਹਾਂ ਤੇ ਆਏ ਪੁੱਛਣਾ ਕੀਤਾ ਤੁਸੀਂ ਕੌਣ ਹੋ ਕਹਾਂ ਤੇ ਕਿੱਥੋਂ ਆਏ ਹੋ ਹੇਠਾਂ ਤੁਮ ਤੋਂ ਕੌਣ ਲਿਆਏ ਥਾਂ ਮੇਰੇ ਥਾਂ ਤੇ ਤੁਹਾਨੂੰ ਕੌਣ ਲਿਆਇਆ ਇੱਥੇ ਤੇ ਕੋਈ ਆ ਹੀ ਨੀ ਸਕਦਾ ਪਹੁੰਚ ਹੈ ਤੇ ਸਾਡੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਸਦੇ ਸਿੱਖ ਬਣ ਜਾਈਏ ਤੁਹਾਡੀ ਵੀ ਪਹੁੰਚ ਹੋ ਜਾਵੇ ਇਸ ਪ੍ਰਕਾਰ ਕਹਿੰਦੇ ਹਨ ਨਾਰਕੀ ਨਹੀਂ ਗਮਤਾ ਇਹਾਂ ਕਿਸੇ ਨਾਰ ਮਨੁੱਖ ਦੀ ਸਰੀਰ ਦੀ ਗਮਤਾ ਪਹੁੰਚ ਇੱਥੋਂ ਤੱਕ ਨਹੀਂ ਅੱਗੇ ਜਾਵਨ ਕੇ ਥਾਂ ਪ੍ਰੀਹਾ ਸੋ ਅੱਗੇ ਜਾਵਨ ਕੇ ਥਾਂ ਪ੍ਰੀਹਾ ਸਖਤ ਨੂੰ ਅੱਗੇ ਹੋਰ ਜਾਣਾ ਹੈ ਜੀ ਦੱਸਣਾ ਕਰੋ ਆਸ ਪ੍ਰਕਾਰ ਕੇ ਸੁਣ ਕਰ ਬੈਨਾ ਇਹ ਬੈਨ ਬਚਨ ਇਸ ਪ੍ਰਕਾਰ ਦੇ ਸੁਣ ਕਰਕੇ ਪ੍ਰਹਿਲਾਦ ਭਗਤ ਦੇ ਤੋ ਬੋਲੇ ਪੰਕਜ ਨੈਨਾ ਪੰਕਜ ਫੁੱਲ ਵਰਗੇ ਜਿਨ੍ਹਾਂ ਦੇ ਨੇਤਰ ਨੇ ਗੁਰੂ ਨਾਨਕ ਪਾਤਸ਼ਾਹ ਅੱਗੋਂ ਬੋਲੇ ਹਨ ਸਿਮਰਿਓ ਨਾਮ ਜੋ ਤੁਮ ਵਿਧ ਨੀਕੀ ਸਿਮਰਿਓ ਨਾਮ ਜੋ ਤੁਮ ਵਿਧ ਚੰਗੀ ਨੀਕੀ ਜੀ ਚੰਗੀ ਵਿਧੀ ਨਾਲ ਜਿਹੜਾ ਤੁਸੀਂ ਨਾਮ ਸਿਮਰਦੇ ਹੋ ਸ਼ਰਧਾ ਧਾਰੀ ਅਦਕ ਨਿਜ ਜੀ ਕੀ ਇਹਦੀ ਸ਼ਰਧਾ ਤੁਸੀਂ ਆਪਣੇ ਜੀ ਦਿਲ ਵਿਚ ਪਿਆਰ ਨਾਲ ਧਾਰਨ ਕੀਤੀ ਹੋਈ ਹੈ ਪ੍ਰਹਿਲਾਦ ਜੀ ਨਿਜ ਬਾਸਰ ਪੈ ਸਰਬ ਨਿਵਾਰਾ ਸੁਨੇਸ ਰਾਤ ਤੇ ਬਾਸਰ ਦਿਨ ਸਰਬ ਸਾਰੇ ਨਿਰਵਿਰਤ ਕਰ ਦਿੰਦੇ ਹੋ ਬੰਦਗੀ ਸਿਮਰਨ ਵਿਚ ਏਕ ਨਾਮ ਕੋ ਕੀਨੇ ਉਚਾਰਾ ਇੱਕੋ ਪਰਮੇਸ਼ਰ ਦਾ ਨਾਮ ਹੀ ਉਚਾਰਨ ਕਰਦੇ ਹੋ ਰੱਖਿਆ ਕਰੀ ਦੋਹੇ ਜਿਨ ਭੂਰੀ ਭੂਰੀ ਬਹੁਤ ਹੀ ਵਧੀਆ ਰੱਖਿਆ ਤੇਰੀ ਜਿਨ ਕੀਤੀ ਸੀ ਨਾ ਅਕਾਲ ਪੁਰਖ ਨੇ ਦਰਸ਼ਨ ਰੂਪ ਧਾਰ ਕਰਕੇ ਦੋਖੀ ਮਾਰ ਬਿਦਾਰੇ ਦੂਰੀ ਤੇਰੇ ਦੋਖੀ ਨੂੰ ਤੇਰੇ ਪਿਤਾ ਨੂੰ ਮਾਰ ਕੇ ਬਿਧਾਰ ਦੂਰ ਕਰ ਦਿੱਤਾ ਨਾਸ ਕਰ ਦਿੱਤਾ ਸੀ ਹਮ ਉਪਾਸ ਕੀਤੀ ਨਾਮ ਕੇ ਸਾਡੇ ਮਨ ਚ ਵੀ ਉਪਾਸ਼ਨਾ ਉਹਦੇ ਨਾਮ ਦੀ ਹੈ ਪ੍ਰਹਿਲਾਦ ਜੀ ਉਹਦੇ ਦਰਸ਼ਨਾਂ ਨੂੰ ਜਾ ਰਹੇ ਸੱਚਖੰਡ ਨੂੰ ਇਹ ਸਤਿਗੁਰੂ ਜੀ ਉੱਤਰ ਦੇ ਰਹੇ ਹਨ ਗੁਣ ਸਿਮਰ ਹੈ ਸਦ ਸੁੱਖ ਨਿਧਾਨ ਕੇ ਗੁਣ ਸਿਮਰ ਹੈ ਸਿਮਰਦੇ ਹਾਂ ਸੁੱਖਾਂ ਦੇ ਨਿਧਾਨ ਖਜ਼ਾਨੇ ਅਕਾਲ ਪੁਰਖ ਦੇ ਕੀ ਸ਼ਗਦ ਧਰੇ ਨਿਜ ਪਾਹੂ ਉਹਦੀ ਸ਼ਗਤੀ ਅਸੀਂ ਪਾਹੂ ਧਾਰਨ ਕੀਤੀ ਹੋਏ ਨਿਜ ਨਿਜ ਸਰੂਪ ਪਰਮੇਸ਼ਰ ਦੀ ਆਏ ਤੁਮ ਦਰਸ਼ਨ ਕੀ ਚਾਹੋ ਉਹਦੇ ਪਾਹੂ ਕੋਲ ਜਾਣਾ ਚਾਹੁੰਦੇ ਹਾਂ ਤੇ ਲੰਘਦੇ ਲੰਘਦੇ ਤੇਰੇ ਕੋਲ ਵੀ ਆ ਗਏ ਤੈਨੂੰ ਤੇਰੇ ਦਰਸ਼ਨ ਵੀ ਕਰ ਲਏ ਹਨ ਤੇਰੀ ਵੀ ਚਾਰਚ ਕਰਨ ਦੀ ਸੁਣਦ ਪ੍ਰਹਿਲਾਦ ਬਚਨ ਉਚਰਾ ਜਦੋਂ ਬਚਨ ਉਚਰੇ ਪ੍ਰਹਿਲਾਦ ਭਗਤ ਨੇ ਸੁਣ ਕਰਕੇ ਉਹ ਬਾਸਨ ਧੋਏ ਉਜਲ ਕਰਾ ਉਹ ਬਾਸਨ ਧੋਏ ਉਜਲ ਕਰਾ ਬਾਸਨਾ ਨੂੰ ਧੋਲ ਦੀ ਉਜਲ ਕਰਨ ਲਈ ਕਿਹੜੇ ਗੁਣ ਹਨ ਦੱਸਣਾ ਕਰੋ ਕਾਂ ਕੋ ਦੁੱਧ ਚੋਏ ਕਰ ਲੀਨਾ ਕਾਂ ਕੋ ਦੁੱਧ ਪੰਥ ਤੋਂ ਚੋ ਕੇ ਕਿਵੇਂ ਲਿਆਈਦਾ ਜੀ ਕੌਣ ਤਾਵ ਸੋ ਤਾਵਨ ਕੀਨਾ ਦੁੱਧ ਨੂੰ ਗਰਮ ਕਰ ਲੇ ਤਾਉਣ ਵਾਸਤੇ ਕਿਹੜਾ ਤਾ ਅਗਨੀ ਹੈ ਕੌਣ ਸਮਾਇਨ ਤਾਂ ਮੈਂ ਪਾਇਆ ਸਮਾਇਣ ਜਾਗ ਤਾਂ ਮੈਂ ਦੁੱਧ ਚ ਕਿਹੜੀ ਪਾਈ ਦੱਸਣਾ ਕਰੋ ਸਵਾਲ ਕਰਦਾ ਹੈ ਕੌਣ ਥਾਨ ਦਾ ਰਾਖ ਜਮਾਵਾ ਦੁੱਧ ਜਮਾਉਣ ਵਾਲਾ ਥਾਂ ਵੀ ਕੋਈ ਨਵੇਕੜਾ ਵੱਖਰਾ ਹੁੰਦਾ ਉਹ ਵੀ ਮਹਾਰਾਜ ਸਾਹਿਬ ਜੀ ਦੱਸਣਾ ਕਰੋ ਇਸ ਵਿੱਚ ਮਸ ਕਹਿ ਕਾਢਿਓ ਮਾਖਣ ਫਿਰ ਦੁੱਧ ਨੂੰ ਜਮਾ ਕੇ ਤੇ ਮਸ ਰਿੜਕ ਕੇ ਉਹਦੇ ਚੋਂ ਮੱਖਣ ਕਿਵੇਂ ਨਿਕਲਦਾ ਹੈ ਉਹਨ ਕੈਸੇ ਕੀਨੋ ਤੁਮ ਚਾਕਨ ਉਸ ਮੱਖਣ ਫਿਰ ਚੱਕੀ ਦਾ ਵੀ ਹੈ ਛਗਣ ਲਈ ਖਾਣ ਲਈ ਹੁੰਦਾ ਹੈ ਉਹ ਕਿਵੇਂ ਚੱਕਣਾ ਕੀਤਾ ਹੈ ਕਹੀਏ ਸਭ ਮੋ ਕੋ ਵਿਚਾਰਾ ਹੈ ਗੁਰੂ ਨਾਨਕ ਜੀ ਇਹ ਵਿਚਾਰ ਮੈਨੂੰ ਦੱਸਣਾ ਕਰੋ ਜੇ ਵਿਦ ਕੀਨੀ ਨੀਕੀ ਕਾਰਾ ਨੀਕੀ ਕਾਰ ਚੰਗੀ ਤਰ੍ਹਾਂ ਜਿਹੜੀ ਕੀਤੀ ਦੱਸਣਾ ਕਰੋ ਦੋਹਰਾ ਬੋਲੇ ਸ੍ਰੀ ਨਾਨਕ ਤਪੈ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਹਿਲਾਦ ਦੇ ਸਵਾਲਾਂ ਦਾ ਪਾਈ ਪਾਤ ਉੱਤਰ ਦੇ ਰਹੇ ਹਨ ਤਨ ਵਾਸ਼ਨ ਤੋਂ ਧੋਏ ਕਹਿੰਦੇ ਤਨ ਸਰੀਰ ਦੀਆਂ ਜਿਹੜੀਆਂ ਵਾਸ਼ਨਾ ਨੇ ਉਹਨਾਂ ਨੂੰ ਧੋਣਾ ਕੀਤਾ ਹੈ ਧੇਨ ਖਿਮਾ ਕੇ ਪਾਸ ਤੇ ਖਿਮਾ ਰੂਪੀ ਧੇਨ ਗਊ ਦੇ ਪਾਸ
ਇਸ ਪ੍ਰਕਾਰ ਕਹਿੰਦੇ ਹਨ ਦੁੱਧ ਸੰਤੋਖ ਹੈ ਜੋਏ ਸੰਤੋਖ ਰੂਪੀ ਦੁੱਧ ਸਿਮਾ ਰੂਪੀ ਗਊ ਪਾਸੋਂ ਧੋਤਾ ਚੋਣਾ ਕੀਤਾ ਤੇ ਮਨ ਦੀਆਂ ਬਾਸ਼ਨਾ ਇਹ ਮਨ ਨੂੰ ਧੋਣਾ ਕੀਤਾ ਪਰਮੇਸ਼ਰ ਦੇ ਨਾਮ ਨਾਲ ਤਨ ਤਾਪਨ ਕੋ ਤਾਵਨ ਤਾਇਆ ਤਨ ਨੂੰ ਸਰੀਰ ਨੂੰ ਤਾਪਣਾ ਜਿਹੜਾ ਤਾਪ ਸਾਧਨ ਕਰਨਾ ਇਹ ਦੁੱਧ ਦਾ ਗਰਮ ਕਰਨਾ ਤੌਣਾ ਹੈ ਔਰ ਉਪਦੇਸ਼ ਸਮਾਇਨ ਪਾਇਆ ਗੁਰੂ ਦਾ ਜਿਹੜਾ ਉਪਦੇਸ਼ ਗ੍ਰਹਿਣ ਕਰਨਾ ਇਹ ਸਮਾਇਣ ਜਾਗ ਲਾਉਣੀ ਹੈ ਦੁੱਧ ਨੂੰ ਇਹ ਪ੍ਰਹਲਾਦ ਭਗਤ ਨੂੰ ਉੱਤਰ ਦੇ ਰਹੇ ਗੁਰੂ ਨਾਨਕ ਪਾਤਸ਼ਾਹ ਜੀ ਸਤ ਸੰਗਤ ਮੈਂ ਭਲੋ ਸਥਾਨਾ ਭਲਾ ਸਥਾਨ ਹੈ ਸਤ ਸੰਗਤ ਦੁੱਧ ਜਿੱਥੇ ਰੱਖ ਕੇ ਜਮਾਉਣਾ ਉਹ ਦੱਸ ਰਹੇ ਨੇ ਸਤ ਸੰਗਤ ਹੈ ਮੈਂ ਭਲੋ ਸਥਾਨਾ ਰਾਖ ਜਮਾਇਓ ਤਹਾਂ ਸੁਜਾਨਾ ਮੈਂ ਸੁਜਾਨੇ ਪੁਰਖ ਉੱਥੇ ਰੱਖ ਕੇ ਸਤਸੰਗਤ ਵਿੱਚ ਰੱਖ ਕੇ ਉਸ ਦੁੱਧ ਦੇ ਤਾਂ ਅਸੀਂ ਜਮਾਉਣਾ ਕੀਤਾ ਹੈ ਮਨ ਵਿਚਾਰ ਕੀ ਮਥਨੀ ਤਰਕ ਹੈ ਜਿਹੜਾ ਮਨ ਨਾਲ ਵਿਚਾਰ ਕੀਤੇ ਮਥਣਾ ਰਿੜਕਣਾ ਕੀਤਾ ਹੈ ਦੁੱਧ ਨੂੰ ਆਪਾ ਤਜਨ ਮਥਿਓ ਹਿਤ ਧਰਕ ਹੈ ਆਪਾ ਭਾਵ ਹੰਕਾਰ ਮੈਂ ਮੇਰੀ ਤਜ ਦੇਣੀ ਛੱਡ ਦੇਣੀ ਹਿੱਤ ਕਰਕੇ ਇਹ ਦੁੱਧ ਨੂੰ ਮਤਿਆ ਰਿੜਕਿਆ ਹੈ ਭਾਣਾ ਮੰਨਣ ਚਾਸ ਕਰ ਸਾਦਾ ਜਿਹੜਾ ਪਰਮੇਸ਼ਰ ਦਾ ਭਾਣਾ ਮੰਨਣਾ ਨਾ ਆਗਿਆ ਚ ਰਹਿਣਾ ਹੈ ਇਹ ਪਸ ਮੱਖਣ ਨੂੰ ਚੱਖਣਾ ਸਵਾਦ ਲੈਣਾ ਹੈ ਉਸਦਾ ਤ੍ਰਿਪਤ ਭਏ ਸ੍ਰੀ ਗੁਰੂ ਪ੍ਰਸਾਦਾ ਤ੍ਰਿਪਤ ਹੋ ਜਾਣਾ ਕਿਸ ਤਰ੍ਹਾਂ ਗੁਰੂ ਦੀ ਪ੍ਰਸਾਦ ਕਿਰਪਾ ਹੋ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣਨਾ ਇਹ ਤ੍ਰਿਪਤ ਹੋਣਾ ਹੈ ਮੱਖਣ ਨੂੰ ਚੱਕ ਕੇ ਕਿਵੇਂ ਦੱਸ ਉੱਤਰ ਦਿੰਦੇ ਹਨ ਸੁਣ ਪ੍ਰਹਿਲਾਦ ਭਗਤ ਅਸਬਾਨੀ ਇਹੋ ਜਿਹਾ ਉੱਤਰ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਇਹੋ ਜਿਹੀ ਬਾਣੀ ਸੁਣ ਕੇ ਰਸਨਾ ਤੂੰ ਬੰਧਨ ਕੀਨ ਜੋਰ ਜੁਗ ਪਾਨੀ ਯੁਗ ਦੋਵੇਂ ਪਾਣੀ ਹੱਥ ਜੋੜ ਕੇ ਬੰਧਨ ਨਮਸਕਾਰ ਦੇ ਚਰਨਾਂ ਤੇ ਪ੍ਰਹਿਲਾਦ ਜੀ ਕਰਦੇ ਹਨ ਦੇਖੋ ਪ੍ਰੇਮ ਦੇਖ ਸੁਖ ਧਾਮਾ ਜਿੰਨਾ ਕੋ ਪ੍ਰੇਮ ਵੇਖ ਕੇ ਸੁਖਾਂ ਦੇ ਧਾਮ ਸੁਖਾਂ ਦੇ ਘਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਆਪ ਕਰੀ ਤੇ ਚਰਨ ਪ੍ਰਣਾਮਾ ਜਦੋਂ ਪ੍ਰਹਿਲਾਦ ਭਗਤ ਗੁਰੂ ਨਾਨਕ ਦੀ ਚਰਨੀ ਪੈ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਅੱਗੋਂ ਉਹਨਾਂ ਦੀ ਚਰਨੀ ਪੈ ਗਏ ਹੰਕਾਰ ਨਹੀਂ ਮਾਣ ਨਹੀਂ ਝੁਕਦਾ ਵੇਖ ਕੇ ਬਰਾਬਰੀ ਝੁਕੇ ਨੇ ਉਹਨਾਂ ਸਤਿਕਾਰ ਮਾਣ ਦਿੱਤਾ ਹੈ ਦੋਹੇ ਦਿਸ ਹੋਵਾ ਹਰਖ ਵਿਸਾਲਾ ਦੋਹੀ ਦਿਸੀ ਹੋਵਾ ਹਰਖ ਖੁਸ਼ੀ ਵਿਸਾਲ ਬਹੁਤੀ ਪ੍ਰਹਿਲਾਦ ਭਗਤ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਵੇਖਣ ਵਾਲਿਆਂ ਨੂੰ ਕਹਿਤ ਬਚਨ ਪ੍ਰਹਿਲਾਦ ਰਸਾਲਾ ਪ੍ਰਹਿਲਾਦ ਭਗਤ ਰਸਾਂ ਦੇ ਘਰ ਹਨ ਕਹਿਤ ਬਚਨ ਪ੍ਰਹਿਲਾਦ ਰਸਾਲਾ ਰਸਾਂ ਦੇ ਬਚਨ ਘਰ ਕਹਿੰਦੇ ਹਨ ਤੁਮ ਅਵਤਾਰ ਭਏ ਜਗ ਮਾਹੀ ਮਾਰਾ ਸਾਹਮਣੇ ਸਮਝ ਗਿਆ ਤੁਸੀਂ ਮਾਧ ਲੋਕ ਤੇ ਅਵਤਾਰ ਉਤਰੇ ਹੋ ਪ੍ਰਗਟ ਹੋਏ ਹੋ ਜੀਵਾਂ ਦੀ ਕਲਿਆਣ ਕਰਨ ਵਾਸਤੇ ਜਯੋ ਨਰ ਸਿੰਘ ਭਏ ਮਮ ਚਾਹੀ ਮਮ ਚਾਹੀ ਮੈਨੂੰ ਚਾਹੁਣ ਵਾਸਤੇ ਕੇਵਲ ਮੇਰੇ ਵਾਸਤੇ ਤੋ ਜਹੋ ਨਰ ਸਿੰਘ ਭਇਓ ਨਰ ਸਿੰਘ ਅਵਤਾਰ ਹੋਇਆ ਕਲ ਯੁਗ ਦੇ ਇਸ ਤਰ੍ਹਾਂ ਤੁਸੀਂ ਕਲ ਯੁਗ ਵਿਚ ਪ੍ਰਗਟ ਹੋਏ ਹੋ ਮਹਾਰਾਜ ਸਾਹਿਬ ਜੀ ਜਬ ਜਗ ਸੰਤ ਦੁਖੇ ਕੇ ਪਤਨੀ ਜਿੱਥੇ ਜਿੱਥੇ ਵੀ ਜਿਸ ਯੁਗ ਵਿਚ ਵੀ ਜਿਸ ਥਾਂ ਤੇ ਵੀ ਸੰਤ ਭਗਤ ਕੋਈ ਦੁਖਾਉਂਦਾ ਹੈ ਦੁਖਦੇ ਹਨ ਬਹਰੋ ਧਰਮ ਹੋਤ ਬੇਪ੍ਰੀਤੀ ਜਾਂ ਫਿਰ ਧਰਮ ਦੀ ਬੇਪ੍ਰੀਤੀ ਹੋਵੇ ਧਰਮ ਦੇ ਉਲਟ ਲੋਕ ਹੋਣ ਧਰਮ ਦੇ ਉਲਟ ਗਲਤ ਗੱਲਾਂ ਕਰਨ ਉਲਟੇ ਜਾਣ ਸਾਰੇ ਤਬ ਤਨ ਧਰ ਸੰਕਟ ਜਨ ਖਾਪੂ ਤਬ ਤਨ ਧਾਰ ਕੇ ਸੰਕਟ ਨੂੰ ਖਪਤ ਕਰਨ ਵਾਸਤੇ ਇਹ ਮਹਾਰਾਜ ਸਾਹਿਬ ਤੁਸੀਂ ਅਵਤਾਰ ਧਾਰਦੇ ਹੋ ਜਦ ਮੈਂ ਦੇਹ ਧਰਮ ਕੋ ਥਾਪੂ ਫਿਰ ਉਸ ਧਰਮ ਨੂੰ ਥਾਪ ਅਸਥਿਤ ਕਰ ਦਿੰਦੇ ਹੋ ਜਦੋਂ ਧਰਮ ਦੀ ਕਲਿਆਣੀ ਹੁੰਦੀ ਹੈ ਧਰਮ ਦੀ ਵਿਰੋਧਤਾ ਹੁੰਦੀ ਹੈ ਹੰਕਾਰੀ ਲੋਕ ਵੱਧ ਜਾਂਦੇ ਨੇ ਟੇਢੀ ਬਾਗ ਟੇਢੇ ਚੱਲੇ ਸੁਭਾਅ ਦੇ ਬਣ ਜਾਂਦੇ ਨੇ ਉਸ ਮੌਕਾ ਤੁਸੀਂ ਪ੍ਰਗਟ ਹੋ ਕੇ ਧਰਮ ਨੂੰ ਫਿਰ ਕਾਇਮ ਕਰਦੇ ਹੋ ਕਰ ਉਸ ਤੁਪੁਨ ਕੀਏ ਪਦ ਬੰਧਨ ਉਸ ਕਰ ਕੇ ਰਸਨਾ ਤੁਪੁਨ ਅਥਵਾ ਕੀਏ ਬੰਧਨ ਪਦ ਪੈਰਾਂ ਚਰਨਾਂ ਤੇ ਪ੍ਰਹਿਲਾਦ ਭਗਤ ਦਰਸ਼ਨ ਕਰੇ ਦੋਖ ਨਿਕੰਦਨ ਦੁੱਖਾਂ ਨੂੰ ਨਿਕੰਦਨ ਕੱਟਣ ਵਾਲੇ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਕਰ ਰਿਹਾ ਹੈ ਸਰਦਾਨਾ ਪ੍ਰਹਿਲਾਦ ਭਗਤ ਸ੍ਰੀ ਅੰਗਦ ਜੀ ਸੁਨ ਹਿਤ ਸਾਥਾ ਇਸ ਪ੍ਰਕਾਰ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਜੀ ਇਸ ਪ੍ਰਕਾਰ ਹਿੱਤ ਨਾਲ ਸਾਥ ਨਾਲ ਉਹਨਾਂ ਦੇ ਕਿਹੋ ਜਿਹਾ ਕੁਛ ਵੇਖਦੇ ਸੁਣ ਰਹੇ ਸਾਂ ਮੈਂ ਬੂਝਦ ਪਾ ਬਹੁਰੋ ਗਾਥਾ ਤੇਰੀ ਗਾਥਾ ਕਥਾ ਪ੍ਰਹਿਲਾਦ ਭਗਤ ਨੂੰ ਬਾਲਾ ਜੀ ਕਹਿੰਦੇ ਮੈਂ ਬੁਝਿਆ ਮੈਂ ਪੁੱਛਿਆ ਕੀ ਪੁੱਛਿਆ ਆਪ ਜੀ ਕਹਿੰਦੇ ਹਨ ਆਪਣੀ ਕਥਾ ਸੁਣਾਵੋ ਸਾਰੀ ਇਹ ਪ੍ਰਹਿਲਾਦ ਭਗਤ ਜੀ ਸਾਨੂੰ ਆਪਣੀ ਸਾਰੀ ਕਥਾ ਸੁਣਾਉਣਾ ਕਰੋ ਬਾਲਾ ਜੀ ਕਹਿੰਦੇ ਇੱਕ ਗੁਣ ਕਥਾ ਵੀ ਸੁਣਨਾ ਕਰੋ ਜਯੋ ਪ੍ਰਭੂ ਰੱਖਿਆ ਕੀਮ ਤੁਮਾਰੀ ਪ੍ਰਭੂ ਪਰਮੇਸ਼ਰ ਨੇ ਨਰਸਿੰਘ ਅਵਤਾਰ ਧਾਰ ਕੇ ਤੁਹਾਡੀ ਰੱਖਿਆ ਕੀਤੀ ਸਹਾਇਤਾ ਕੀਤੀ
ਕਾਲਾ ਜੀ ਕਿਤੇ ਮੈਂ ਬੇਨਤੀ ਕੀਤੀ ਉਹ ਸੁਣਾਉਣਾ ਕਰੋ ਸਰਬ ਜਗਤ ਮੈਂ ਵਿਦਿਤ ਕਹਾਣੀ ਕੋਈ ਵਿਦਿਤ ਹੈ ਮਸ਼ਹੂਰ ਹੈ ਕਹਾਣੀ ਬੇਅੰਤ ਸਾਈਂ ਉਪਰੰਤ ਦਸਵੇਂ ਪਾਤਸ਼ਾਹ ਜੀ ਲਿਖਿਆ ਭਗਤ ਕਬੀਰ ਜੀ ਨੇ ਲਿਖਿਆ ਗੁਰੂ ਅਮਰਦਾਸ ਜੀ ਲਿਖਿਆ ਗੁਰੂ ਨਾਨਕ ਪਾਤਸ਼ਾਹ ਲਿਖਿਆ ਚੌਥੇ ਸਰੂਪ ਨੇ ਲਿਖਿਆ ਬਹੁਤਿਆਂ ਸਰੂਪਾਂ ਨੇ ਲਿਖਿਆ ਰਲਾਤ ਦੀ ਹੈ ਬੜੀ ਪੁਰਾਣੀ ਸਭ ਤੋਂ ਇਹ ਵਿਦਿਤ ਹੈ ਪ੍ਰਚਲਿਤ ਹੈ ਮਸ਼ਹੂਰ ਸਾਖੀ ਹੈ ਪ੍ਰਹਿਲਾਦ ਜੀ ਤੁਸੀਂ ਆਪਣੀ ਸਾਖੀ ਆਪਣੀ ਕੁਲ ਦੀ ਆਪ ਦੱਸੋ ਦੋ ਨਿਜ ਮੁਖ ਤੇ ਕਰੋ ਬਖਾਨੀ ਆਪਣੇ ਮੁਖੋਂ ਚਾਰ ਕੇ ਬਖਾਨੀ ਕਥਨ ਕਰੋ ਸਾਨੂੰ ਸੁਣਾਉਣਾ ਕਰੋ ਜਬ ਮਮ ਬੈਨ ਸੁਣੇ ਅਸਤਾਨਾ ਇਸ ਪ੍ਰਕਾਰ ਦੇ ਬੈਨ ਬਚਨ ਕੰਨ ਕੰਨ ਕੰਨਾਂ ਨਾਲ ਸੁਣਨਾ ਕੀਤੇ ਬੋਲਿਓ ਤਬ ਪ੍ਰਹਿਲਾਦ ਸੁਜਾਨਾ ਸੁਜਾਨਾ ਜਿਹੜਾ ਪ੍ਰਹਿਲਾਦ ਭਗਤ ਵਿੱਚ ਬੋਲਿਆ ਹੈ ਪੂਰਬ ਏਕ ਸਮੇਂ ਜਗ ਨਾਹ ਜਗਤ ਦੇ ਨਾਥ ਮਾਰਖ ਇੱਕ ਸਮੇਂ ਪੂਰਬਲੇ ਪਿਛਲੇ ਸਮੇਂ ਵਿੱਚ ਧਾਰਤ ਪੇ ਅਵਤਾਰ ਬਰਾਹੂ ਉਸਨੇ ਧਾਰਿਆ ਸੀ ਅਵਤਾਰ ਬਰਾਹੂ ਦਾ ਰਹਾ ਨਾਮ ਪੂਰ ਦਾ ਪੂਰ ਦਾ ਅਵਤਾਰ ਧਾਰਿਆ ਸੀ ਭਗਵਾਨ ਨੇ ਮੱਛੀ ਦਾ ਅਵਤਾਰ ਧਾਰਿਆ ਕਛੂ ਕੰਗ ਦਾ ਅਵਤਾਰ ਧਾਰਿਆ ਇਹਨਾਂ ਦੇ ਨਾਂ ਦਾ ਗ੍ਰੰਥ ਸਾਹਿਬ ਸਿੱਖ ਕਸ਼ ਕਸ਼ ਹੂ ਬਰਾਹਾ ਜਮਨਾ ਸਿੱਖੂਲ ਫੇਰ ਖੇਲਿਓ ਜਿੰਦ ਕਿੰਦ ਕ੍ਰਿਸ਼ਨ ਭਗਵਾਨ ਹੋ ਰੂਪ ਹੋ ਕੇ ਫਿਰ ਗਿੰਦ ਗੇਂਦ ਦੀ ਖੇਡ ਖੇਡੀ ਕਦੇ ਮੱਛੀ ਦਾ ਰੂਪ ਧਾਰਿਆ ਕਦੇ ਸੂਰ ਦਾ ਕਦੇ ਬਰਾਹਾ ਬਰਾਹਾ ਸੂਰ ਦਾ ਅਵਤਾਰ ਧਾਰਦੇ ਰਹੇ ਜਿਵੇਂ ਜਿਵੇਂ ਤੋੜ ਪਈ ਉਸ ਕਾਰਜ ਨੂੰ ਸਿਰੇ ਚੜਾਉਣ ਵਾਸਤੇ ਕਰਨ ਵਾਸਤੇ ਭਗਵਾਨ ਨੇ ਇੱਕ ਵਾਰੀ ਬਰਾਹਾ ਦਾ ਸੂਰ ਦਾ ਅਵਤਾਰ ਰੂਪ ਧਾਰਿਆ ਸੀ ਮਾਮ ਪ੍ਰਿਤ ਭਰਾਤਾ ਸਿਤ ਬੋਲੀ ਨੇ ਮਾਮ ਮੇਰੇ ਪਿਤਾ ਜੀ ਹਰਨਾਸ਼ ਦਾ ਭਰਾਤਾ ਛਿਤ ਧਰਤੀ ਨੂੰ ਲੀਨੇ ਪਵੇਦਾਂ ਦਾ ਹਿੱਸਾ ਧਰਤੀ ਨੂੰ ਲੈ ਗਿਆ ਇਕੱਠੀ ਕਰਕੇ ਗਯੋ ਰਸਾਤਲ ਗਰਭਤ ਕੀਨੇ ਉਹ ਛੇਵੇਂ ਸਤਵੇਂ ਛੇਵੇਂ ਭਾਵ ਸਾਰ ਸਾਤਲ ਥੱਲੇ ਲੈ ਗਿਆ ਪਤਾਲ ਵਿਚ ਰਸਾਤਲ ਗਰਭਤ ਪੀ ਬੜਾ ਵੱਡਾ ਗਰਭ ਹੰਕਾਰ ਸੀ ਤੇਰੇ ਪਿਤਾ ਹਰਾਸ ਦੇ ਭਰਾ ਹਿਰਨ ਕਬਜ਼ ਦੇ ਵਿਚ ਉਹ ਧਰਤੀ ਨੂੰ ਥੱਲੇ ਲੈ ਗਿਆ ਪਤਾਲ ਵਿਚ ਮੇਰਾ ਚਾਚਾ ਜੋ ਲੱਗਦਾ ਸੀ ਦੇਖੋ ਮਾਰ ਦੀਨ ਤਬ ਸੋਨੀ ਤੋ ਇਸ ਪ੍ਰਕਾਰ ਸੂਰ ਦਾ ਅਵਤਾਰ ਧਾਰ ਕੇ ਤੇ ਮੱਛੀ ਦਾ ਅਵਤਾਰ ਧਾਰ ਕੇ ਤੇ ਸੰਖਾ ਸਰ ਮਾਰੇ ਵੇਦ ਉਧਾਰੇ ਇਹ ਦਸਵੇਂ ਪਾਤਸ਼ਾਹ ਦੇ ਬਚਨ ਸੀ ਸੰਖਾ ਸਰ ਬੈਂਸ ਨੂੰ ਉੱਥੇ ਮਾਰਿਆ ਜੰਗ ਕਰਕੇ ਤੇ ਵੇਦਾਂ ਨੂੰ ਉਧਾਰਿਆ ਦਾੜਾ ਅਗ੍ਰਿਪ ਧਰਾਇਣ ਤੇਰੇ ਚਾਚੇ ਨੂੰ ਮੇਰੇ ਪਿਤਾ ਦੇ ਭਰਾ ਨੂੰ ਉਸਨੇ ਮਾਰ ਦੇਣਾ ਕੀਤਾ ਅਸਥਾਪਨ ਕੀਨੀ ਜਗ ਜੋਨੀ ਤੇ ਕੋ ਮਾਰ ਲੀਨ ਤਬ ਛੋਨੀ ਧਰਤੀ ਲੈ ਅੰਤ ਅਸਥਾਪਨ ਕੀਨੀ ਜਗ ਦੇ ਜੋਨੀ ਵਾਸਤੇ ਜਬ ਇਹ ਮਰਨ ਸੁਣਿਓ ਪਿਤ ਮੇਰੇ ਤੇਰੇ ਪਿਤਾ ਨੇ ਮੇਰੇ ਚਾਚੇ ਨੂੰ ਆਪਣੇ ਭਰਾ ਨੂੰ ਜਦੋਂ ਮਰਨਾ ਸੁਣਿਆ ਭਰਾ ਦੇ ਸ਼ੋਕ ਮੈਂ ਦੁੱਖ ਸੁਨੇਰੇ ਬੜਾ ਭਾਰੀ ਦੁਖੀ ਹੋਇਆ ਭਰਾ ਦੇ ਮਰਨ ਦੇ ਸ਼ੋਕ ਵਿਚ ਹਿਰਦੈ ਕੀਨ ਬੌਰ ਵੱਟ ਕਰੋਧਾ ਬੜਾ ਵੱਡਾ ਕ੍ਰੋਧ ਮਨ ਵਿਚ ਪੈਦਾ ਹੋਇਆ ਮੇਰੇ ਭਰਾ ਨੂੰ ਭਗਵਾਨ ਨੇ ਮਾਰਤਾ ਗੁਰੂ ਦਾ ਰੂਪ ਧਾਰ ਕੇ ਐਵੇਂ ਕਹਿੰਦੇ ਹਨ ਲਿਓ ਬੈਰ ਕਰ ਵਿਸ਼ਨ ਵਿਰੋਧਾ ਹੁਣ ਮੈਂ ਬੈਰ ਲਹੂ ਵਿਸ਼ਨੂੰ ਪਾਸੋਂ ਵਿਰੋਧਾ ਮੇਰੇ ਹੱਡ ਨਾਲ ਕਰਦਾ ਹੈ ਇਹ ਮੇਰੇ ਭਰਾਵਾਂ ਨੂੰ ਸਾਨੂੰ ਦੈਂਤਾਂ ਨੂੰ ਮਾਰਦਾ ਹੈ ਆਪਣੇ ਦੰਦਾਂ ਨੂੰ ਦੰਦਾਂ ਨਾਲ ਆਪਣੇ ਬੁੱਲਾਂ ਨੂੰ ਕੱਟਦਾ ਗੁੱਸੇ ਵਿਚ ਆ ਕੇ ਤੇਰਾ ਪਿਤਾ ਹਰਨਾਕਸ਼ਨ ਡਾਟੇ ਆਪਣੇ ਭ੍ਰਿਤਨ ਦਾਸ ਫੌਜ ਜਿਹੜੇ ਉਸਨੇ ਕਰ ਲਈ ਸਾਰੀ ਹਨਿਓ ਵਿਸ਼ਨ ਨੈ ਭਰਾਤਾ ਮੋਰਾ ਮੇਰੇ ਭਰਾ ਨੂੰ ਹਨਿਓ ਮਾਰਿਆ ਹੈ ਵਿਸ਼ਨੂੰ ਭਗਵਾਨ ਨੇ ਉਹ ਤੋਂ ਤੇਜ ਵੱਡ ਭੋਰਾ ਜਿਹੇ ਕੋ ਹੋਤੋ ਉਹਦਾ ਤੇਜ ਵੱਡਾ ਭੋਰ ਵੱਡਾ ਤੇਜ ਪ੍ਰਤਾਪ ਹੈ ਉਸਦਾ ਯਦਵ ਸਮ ਹੈ ਅਹਿਰ ਪਰੇਤੂ ਅਹ ਨਾਮ ਸੱਪ ਦਾ ਤੇ ਰਿਪ ਦੁਸ਼ਮਣ ਜਿਹੜਾ ਗਰੜ ਹੈ ਨਾ ਸੱਪਾਂ ਦਾ ਦੁਸ਼ਮਣ ਉਹਦੇ ਕਰਦਾ ਸਵਾਰੀ ਤੇ ਜਦਵ ਸਮ ਦ੍ਰਿਸ਼ਟੀ ਉਹਦੀ ਨਹੀਂ ਕਿਉਂ ਸਾਡੇ ਦੈਂਤਾਂ ਨਾਲ ਵੈਰ ਕਰ ਤੇ ਦੇਵਤਿਆਂ ਦਾ ਪੱਖ ਕਰਦਾ ਕਹਿੰਦੇ ਹਨ ਦਰਦ ਬਿਖਮਤਾ ਭਗਤਨ ਹੇਤੂ ਤੇ ਬੜੀ ਬਿਖਮਤਾ ਕਠਨਤਾ ਹੀ ਹੈ ਉਹਦੇ ਵਿਚ ਉਹ ਭਗਤਾਂ ਦਾ ਹਿੱਤ ਕਰਦਾ ਭਗਤਾਂ ਦੀ ਰਾਇ ਕਰਦਾ ਸਾਨੂੰ ਦੈਂਤਾਂ ਨੂੰ ਮਾਰਦਾ ਹੈ ਕਪਟ ਪ੍ਰਵੀਨ ਗਾਤ ਭਾਵ ਲੱਜਿਆ ਵਾਲੀ ਉਹਦੀ ਗੱਦੀ ਹੈ ਬਹੁਤ ਕਪਟ ਪ੍ਰਵੀਨ ਵੱਡਾ ਰੱਖਦਾ ਸਾਡੇ ਨਾਲ ਵਿਸ਼ਨੂੰ ਆਪਣੇ ਸਿਮਰਨ ਕੋ ਹਿੱਤ ਭੀਨਾ ਜਿਹੜੇ ਉਹਦਾ ਸਿਮਰਨ ਕਰਦੇ ਆ ਨਾ ਉਹਨਾਂ ਦਾ ਹਿੱਤ ਕਰਦਾ ਉਹਨਾਂ ਦੀ ਸਹਾਇਤਾ ਕਰਦਾ ਹੈ ਇਸ ਪ੍ਰਕਾਰ ਉਪਦੇਸ਼ ਦੇ ਰਿਹਾ ਹੈ ਛਲ ਕਰ ਸ਼ੂਕਰ ਧਾਰ ਸਰੂਪ ਉਹਨੇ ਛਾਲ ਕਰਕੇ ਤੇ ਸੂਰ ਦਾ ਸਰੂਪ ਧਾਰ ਕਰਕੇ
ਇਸ ਪ੍ਰਕਾਰ ਕਹਿੰਦੇ ਹਨ ਸਹੋਦਰ ਮਮ ਸੁਖ ਰੂਪਾ ਸੁਖਾਂ ਦਾ ਰੂਪ ਮੇਰਾ ਭਰਾ ਸਹੋਦਰ ਸਖਾ ਹਨਿਓ ਮਾਰ ਦਿੱਤਾ ਹੈ ਵਿਸ਼ਨੂੰ ਨੇ ਪ੍ਰਾਣ ਵਿਦਾ ਕਰਕੇ ਕਾਰਨ ਤਹਿਨੇ ਮਾਰਾ ਦਿਜ ਉਹਨੇ ਮਾਰਿਆ ਦਿਜ ਬ੍ਰਾਹਮਣਾਂ ਦੇ ਕਾਰਨ ਸੁਰ ਦੇਵਤਾਂ ਦੇ ਕਾਰਨ ਉਹਨਾਂ ਦੀ ਸਹਾਇਤਾ ਕਰਨ ਲਈ ਇਸ ਪ੍ਰਕਾਰ ਕਹਿੰਦਾ ਹੈ ਭੈ ਕੀਏ ਤੇ ਜਗਤ ਮਝਾਰਾ ਭੈ ਤੋਂ ਰਹਿਤ ਹੁਣ ਜਗਤ ਦੇ ਮਝਾਰਾ ਵਿਚ ਇਹ ਬ੍ਰਾਹਮਣ ਇਹ ਦੇਵਤੇ ਵਿਸ਼ਨੂੰ ਦੇ ਭਗਤ ਗਊਆਂ ਆਦਿ ਕਿਸ ਤਰ੍ਹਾਂ ਰਹਿ ਸਕਦੀਆਂ ਨੇ ਫਿਰ ਤੋਂ ਬਚ ਕੇ ਤੇਰੇ ਭਰਾ ਨੂੰ ਮਾਰ ਕਰਕੇ ਆਪ ਤੁਮ ਜਾਓ ਖੋਜ ਜਗ ਸਾਰੋ ਮੇਰੇ ਦਾਸੋ ਮੇਰੇ ਸੇਵਕੋ ਜਾਓ ਹੁਣ ਸਾਰੇ ਇਹਨਾਂ ਨੂੰ ਖੋਜ ਖੋਜ ਕੇ ਲੱਭ ਲੱਭ ਕੇ ਸਾਰਿਆਂ ਨੂੰ ਮਾਰ ਦੇਣਾ ਕਰੋ ਦਿਜ ਮੁਨ ਧੇਨ ਸਕਲ ਸੰਘਾਰੋ ਕਿਸੇ ਦਿਜ ਬ੍ਰਾਹਮਣ ਵੇਖੋ ਮੁਨੀ ਰਿਸ਼ੀ ਵੇਖੋ ਧੇਨ ਗਊਆਂ ਵੇਖੋ ਉੱਥੇ ਸੰਘਾੜੋ ਇਹਨਾਂ ਨੂੰ ਮਾਰ ਦੇਣਾ ਕਰੋ ਇਹ ਜਿਉਂਦੇ ਨਹੀਂ ਛੱਡਣੇ ਜਹ ਜਹ ਦੇਖੋ ਵਿਸ਼ਨੂੰ ਉਪਾਸਨ ਦੇਖੋ ਵਿਸ਼ਨੂੰ ਦੀ ਉਪਾਸਨਾ ਕਰਦਾ ਵਿਸ਼ਨੂੰ ਦਾ ਮੰਦਰ ਵੇਖੋ ਸਥਾਨ ਜਗ ਹੁੰਦਾ ਵੇਖੋ ਸਭ ਨੂੰ ਫਜਾ ਜਾ ਕੇ ਦੇਖ ਲੈਣਾ ਕਰੋ ਤੇ ਮਾਰ ਦੇਣਾ ਕਰੋ ਕੀਜੈ ਬੇਗ ਬਿਨਾਸ਼ਨ ਬੇਗ ਜਲਦੀ ਬਿਨਾਸ਼ ਨਾਸ਼ ਕਰ ਦਿਓ ਨਹੀਂ ਚਾਹੁੰਦੇ ਛੱਡਣੇ ਤੇਰਾ ਭਰਾ ਮਾਰਤਾ ਹੈ ਸੂਰ ਦਾ ਰੂਪ ਧਾਰ ਕੇ ਵਿਸ਼ਨੂੰ ਨੇ ਉਹਦੇ ਪਾਤਸ਼ਾਹ ਮਾਰ ਦੇਣੇ ਹਨ ਅੱਜ ਸੁਣ ਆਇਸ ਤਬੇ ਭਵਾਲਾ ਭਵਾਲਾ ਨੇਤਰ ਚੜਾ ਕੇ ਭਰਵੱਟੇ ਗੁੱਸੇ ਚ ਆ ਕੇ ਦੰਦਾਂ ਨਾਲ ਫੁੱਲ ਟੁੱਕ ਕੇ ਆਇਸ ਦਿੰਦਾ ਹੈ ਆਗਿਆ ਦਿੰਦਾ ਆਪਣੇ ਦਾਸਾਂ ਦੇ ਤਾਈ ਧਾਏ ਦੈਂਤ ਵੱਡੋ ਬਿਸਰਾਲਾ ਇਸ ਪ੍ਰਕਾਰ ਧਾਏ ਭੱਜ ਪਏ ਦੈਂਤ ਟਕਰਾਲ ਸੂਪ ਵਾਲੇ ਜਿਹੜੇ ਵੱਡੇ ਵੱਡੇ ਸੂਰ ਨੇ ਕਹਾਉਂਦੇ ਸਨ ਉਸ ਮੌਕਾ ਨਾਮ ਕਹੋ ਸੁਣ ਸੋ ਪ੍ਰਹਿਲਾਦ ਜੀ ਕਹਿੰਦੇ ਬਾਲਾ ਜੀ ਤਿੰਨਾਂ ਦੇ ਮੈਂ ਨਾਮ ਦੱਸਾਂ ਕੁਝ ਕੁ ਤੁਸੀਂ ਸੁਣ ਲੈਣਾ ਕਰੋ ਦਵੈਸਰ ਸੰਬਰ ਨਮੂਸੀ ਜੋ ਇੱਕ ਦਾ ਨਾਂ ਹੈ ਦੁਆਏ ਸਿਰ ਇੱਕ ਦੂਜੇ ਦਾ ਨਾਂ ਹੈ ਸੰਬਰ ਤੇ ਨਮੂਸੀ ਇਸ ਪ੍ਰਕਾਰ ਦੇ ਨਾਂ ਵਾਲੇ ਜਿਹੜੇ ਦੈਂਤ ਸਨ ਤੀਨ ਨੈਣ ਪੁਨ ਇਲ ਵੱਲ ਪਾਤਾ ਇੱਕ ਦੈਂਤ ਦਾ ਨਾਂ ਤੀਨ ਨੈਣ ਹੈ ਤੇ ਪੁਨ ਇਲ ਵੱਲ ਇੱਕ ਦਾ ਨਾਂ ਪਾਕਾ ਹੈ ਇਹ ਨਾਂ ਹਨ ਉਹਨਾਂ ਦੈਂਤਾਂ ਦੇ ਪੁਨ ਪਲੋਮਨ ਆਦਿ ਬਲ ਜਾਕਾ ਇੱਕ ਦਾ ਨਾਂ ਸਕੁਲ ਤੇ ਪਲੋਮਨ ਤੇ ਬਲ ਜਾਕਾ ਬੜੇ ਬਲ ਵਾਲੇ ਇਹ ਸਾਰੇ ਜਿਹੜੇ ਦੈਂਤ ਸਨ ਬਿਪਰ ਚਿਤ ਤੇ ਆਦਿ ਅਪਾਰਾ ਬਿਪਰ ਚਿਤ ਜਿਸ ਥਾਂ ਤੇ ਆਦਿ ਅਪਾਰ ਬੇਅੰਤ ਰਹਿਣ ਵਾਲੇ ਬਲਵਾਨ ਭਾਵ ਸਾਰੇ ਮਹਾਂਦੈਂਤ ਇਹ ਸੁਣ ਕਰਕੇ ਜਗਤ ਵਿਚ ਸਾਰੇ ਚਲੇ ਗਏ ਹਨ ਸੁਣ ਰਜਾਏਗੇ ਜਗਤ ਮਝਾਰਾ ਜਾ ਕਰਕੇ ਜਗਤ ਦੇ ਮਝਾਰਾ ਵਿਚ ਡਿਫਰਨ ਤੇ ਹੋਰ ਜਿੰਨੇ ਵੀ ਸਨ ਸਾਰਿਆਂ ਨੂੰ ਮਾਰਨ ਵਾਸਤੇ ਭੱਜ ਕੇ ਚਲੇ ਗਏ ਹਨ ਮੋਨਵਾਰ ਬਿਪਰ ਬ੍ਰਿੰਦ ਜਹ ਰਹੀ ਮੁਨੀ ਵਰ ਰਿਪੀ ਰਿਖੀ ਮੁਨੀ ਤੇ ਬਿਪਰ ਬ੍ਰਿੰਦ ਬਹੁਤੇ ਜਹਿ ਰਹੇ ਹੀ ਜਿੱਥੇ ਜਿੱਥੇ ਵੀ ਰਹਿੰਦੇ ਸਨ ਬ੍ਰਾਹਮਣ ਕਿਸੇ ਪ੍ਰਕਾਰ ਦੇਖੀ ਮੁਨੀ ਉਸ ਥਾਂ ਤੇ ਉਹ ਦੈਂਤ ਚਲੇ ਗਏ ਉਪਦਰਵ ਮਿਲ ਕਰ ਤਹੀ ਕਰਿਆ ਬੜਾ ਉਪਦਰ ਉਹਨਾਂ ਨੇ ਮਿੱਟੀ ਪੁੱਟ ਸੁੱਟੀ ਪਿੰਡ ਢਾ ਦਿੱਤੇ ਕਰ ਹੈ ਤਹੀ ਤਹਿਸ ਨਹਿਸ ਕਰ ਦਿੱਤਾ ਸਾਰਿਆਂ ਨੂੰ ਰਾਮ ਨਗਰ ਕੋ ਅਗਨ ਲਗਾਵੇ ਕਈਆਂ ਨਗਰਾਂ ਨੂੰ ਗ੍ਰਾਮਾਂ ਨੂੰ ਅੱਗਾਂ ਲਾ ਦਿੱਤੀਆਂ ਸਾਡੇ ਦੈਂਤਾਂ ਨੇ ਮਾਰੇ ਬਿਪਰ ਧੇਨ ਜਹਿ ਪਾਵੇ ਬਿਪਰ ਬ੍ਰਾਹਮਣ ਵੀ ਮਾਰ ਦਿੱਤੇ ਧੇਨ ਕਊਆਂ ਵੀ ਮਾਰ ਦਿੱਤੀਆਂ ਤੇਰੇ ਪਿਤਾ ਦੇ ਸੇਵਕਾਂ ਇਹਨਾਂ ਦੈਂਤਾਂ ਨੇ ਤੀਨੋ ਆਸ ਪ੍ਰਕਾਰ ਬਹੁ ਤਰਾਸਾ ਇਸ ਪ੍ਰਕਾਰ ਬੜਾ ਤਰਾਸ ਬੜਾ ਡਰ ਜਾ ਕੇ ਦੇਣਾ ਕੀਤਾ ਪ੍ਰਹਿਲਾਦ ਜੀ ਦੱਸ ਰਹੇ ਨੇ ਬਾਲਾ ਜੀ ਤੇ ਭਾ ਮਰਦਾਨਾ ਗੁਰੂ ਸਾਹਿਬ ਜੀ ਸੁਣ ਰਹੇ ਹਨ ਭਾਜੇ ਮੁਨ ਤਿਜ ਤਜੇ ਨਿਵਾਸਾ ਮੁਨੀ ਜਾਣਦ ਕੁਝ ਦਿਜ ਬ੍ਰਾਹਮਣ ਭੱਜ ਹੀ ਗਏ ਉਥੋਂ ਬੜਾ ਤਰਾਸ ਡਰ ਉਹਨਾਂ ਨੇ ਮਿਲਿਆ ਆਪਣਾ ਨਿਵਾਸ ਸਥਾਨ ਛੱਡ ਕੇ ਉਥੋਂ ਭੱਜਣਾ ਕੀਤਾ ਕਈਆਂ ਨੇ ਮੰਦਰ ਢਾਹ ਮਿਲਾਵੇ ਧੂਰੀ ਜਿਹੜੇ ਵਿਸ਼ਨੂੰ ਦੇ ਮੰਦਰ ਸੀ ਢਾਹ ਢਾਹ ਕੇ ਧੂੜ ਵਿਚ ਮਿਲਾ ਦਿੱਤੇ ਮਿੱਟੀ ਚ ਮਿਲਾ ਦਿੱਤੇ ਉਹਨਾਂ ਦੈਂਤਾਂ ਨੇ ਜਗਿਆ ਹੋਮ ਤਪ ਕੀਏ ਸਭ ਦੂਰੀ ਜਗ ਹੁੰਦਾ ਜਿੱਥੇ ਕਿਤੇ ਹੋਮ ਹੁੰਦਾ ਤਪ ਸਥਾਨ ਸਭ ਦੂਰ ਕਰਦੇ ਧਰਤ ਤੋਂ ਵਿਆਹ ਕੁਲ ਭਈ ਪ੍ਰਜਾ ਤਬ ਭਾਰੀ ਭਾਰੀ ਪ੍ਰਜਾ ਦੁਖੀ ਹੋ ਗਈ ਉਸ ਮੌਕਾ ਹਰਨਾਸ਼ ਤੇ ਬਦਲਾ ਲੈ ਰਿਹਾ ਹਿਰਤ ਕਪ ਆਪਣੇ ਭਰਾ ਦਾ ਤੇ ਪ੍ਰਹਿਲਾਦ ਜੀ ਦੱਸ ਰਹੇ ਹਨ ਗਿਰੇ ਸੁਰਗ ਤੇ ਜੋ ਸੁਰ ਝਾਰੀ ਜਿਹੜੇ ਪਾਪ ਸੁਰਗ ਵਿਚੋਂ ਦੇਵਤੇ ਵੀ ਸੁਰ ਦਿੱਤੇ ਸੁਰ ਦੇਣਾ ਕਿਸੇ ਪਾਸੇ ਕਰ ਦਿੱਤੇ ਅਪਰ ਭੇਖ ਧਰ ਸਿੱਧ ਮੈਂ ਰਹੀ ਅਪਰ ਜਿੰਨੇ ਵੀ ਭੇਖ ਧਾਰਿਆ ਸ਼ਦ ਧਰਤੀ ਤੇ ਰਹਿ ਰਹੇ ਸਨ ਬ੍ਰਾਹਮਣ ਆਦਿਕ ਜਗ ਹੋਮ ਕੋ ਨਾਮ ਨਾ ਕਹਿ ਕੋਈ ਗੁਜ਼ਾਰਾ ਡਰਦਾ ਹੋਮ ਜਗ ਦਾ ਨਾਂ ਤੱਕ ਨੀ ਲਈ ਕਰਨਾ ਤੇ ਕਿਸੇ ਨੇ ਕੀਤੀ ਹੈ ਸਤਯੁਗ ਵਿਚ ਕਲਯੁਗ ਵਰਤਾ ਦਿੱਤਾ
ਕਿਹੋ ਜਿਹੇ ਹਾਲਾਤ ਹੋਈ ਸੀ? ਦੋਹਰਾ ਹਿਰਨ ਕਸ਼ਮਮ ਪਿਤਾ ਤਬ ਗਯੋ ਕਰਨ ਤਪ ਹੇਤ। ਕਿਤੇ ਹਿਰਨ ਕਸ਼ ਹਰਨਾਕ ਕਸ਼ਮਮ ਮੇਰਾ ਪਿਤਾ ਤਬ ਗਯੋ, ਕਿੱਧਰ ਗਿਆ? ਕਰਨ ਤਪ, ਤਪ ਸਾਧਨ ਕਰਨ ਦੇ ਹਿੱਤ ਨੂੰ ਬੁੱਕ ਰੱਖ ਕੇ ਚਲੇ ਗਿਆ ਹੈ। ਜੀ ਤੋ ਦਿਗ ਦਿਗ ਪਾਲ ਯੁਤ ਯਹ ਸੰਕਲਪ ਸਮੇਤ। ਜਿੱਤ ਲੈਣਾ ਕੀਤਾ ਦਿਗ ਪਾਲ ਤਥਾ ਪਾ ਪਰਮੇਸ਼ਰ ਦੇ ਤਾਈ, ਜੋਤ ਅਥਵਾ ਸੰਕਲਪ ਮਨ ਵਿਚ ਲੈ ਕੇ ਜਿੱਤਣ ਵਾਸਤੇ, ਇਸ ਪ੍ਰਕਾਰ ਹੋਰ ਬਲ ਲੈਣ ਲਈ, ਵਰ ਲੈਣ ਲਈ ਇਹ ਸੰਕਲਪ ਲੈ ਕੇ ਤਪ ਕਰਨ ਗਿਆ ਹੈ। ਜੋ ਭਈ ਦਿੱਡ ਵਿਚਾਰ ਯੋ ਕਰ ਔਰ ਆਪੂ, ਦਿੱਗ ਦਿੱਗ ਵਿਚਾਰ ਕਰਕੇ ਔਰ ਹਿਰਦੇ ਦੇ ਆਪੂ ਆਪਣੇ ਆਪ ਨੂੰ ਲੱਗਿਓ ਕਰਨ ਤਪ ਸਹਿਤ ਸੰਤਾਪ, ਤਪ ਕਰਨ ਲੱਗ ਪਿਆ ਸਹਿਤ ਸੰਤਾਪ ਦੇ ਸਰੀਰ ਨੂੰ ਦੁੱਖ ਦੇ ਕਰਕੇ। ਮੰਦਰ ਗਿਰ ਦਰੋਣੀ ਪਰ ਸਾਡਾ ਦਰੋਣਾ ਗਿਰ ਭਾਵ ਪਹਾੜਨ, ਅੰਧਿਆ ਡਲ ਮੰਧਿਆ ਡਲ ਮੰਧਿਆ ਡਲ ਪਰਬ ਦੇ ਦਰੋਣਾ ਗਿਰ ਦੇ ਜਾ ਕੇ ਠੰਡਾ ਉਸ ਥਾਂ ਤੇ ਖੜਾ ਹੋ ਗਿਆ ਹੈ। ਮਾਂ ਉਗਰ ਤਵ ਸੋ ਹਿਤ ਬਾਢਾ, ਮਾਂ ਉਗਰ ਘੋਰ ਤਪੱਸਿਆ ਮੇਰੇ ਪਿਤਾ ਨੇ ਉਸ ਮੰਦਰ ਤੇ ਜਾ ਕੇ ਪਹਾੜ ਤੇ ਜਾ ਕੇ। ਉਰਦ ਬਾਹੁ ਜਟਾ ਸਮ ਭਾਨਾ, ਬਾਹਾਂ ਉੱਚੀਆਂ ਕਰ ਲਈਆਂ ਤੇ ਜਟਾ ਜੜਾਵਾਂ ਸਿਰ ਦੀਆਂ, ਵਾਲ ਖਿੱਦਰ ਗਏ ਸਮ ਭਾਨੂ, ਜਿਸ ਤਰ੍ਹਾਂ ਭਾਨ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਹੋਣ ਜੜਾਵਾਂ ਚੋਂ, ਇਸ ਤਰ੍ਹਾਂ ਉਹਦਾ ਚਿਹਰਾ ਇਸ ਤਰ੍ਹਾਂ ਪਹਾੜ ਤੇ ਚੜ ਕੇ ਕਿਤਾਬ ਕਰਨਾ ਸ਼ੁਰੂ ਕਰ ਦਿੱਤਾ। ਛੇਤ ਪਰ ਪਰ ਛੇਤ ਪਰ ਪੱਗ ਅੰਗੁਸ਼ਟ ਟਿਕਾਣਾ, ਛੇਤ ਧਰਤੀ ਪਰ ਪੱਗ ਪੈਰ ਅੰਗੁਸ਼ਟ ਅੰਗੂਠੇ ਦੇ ਭਾਰ ਟਿਕਾ ਲਏ, ਇਹੋ ਜਿਹਾ ਤਪ ਕਰਨਾ ਸ਼ੁਰੂ ਕੀਤਾ ਹੈ। ਅਲੰਬ ਠੰਡੋ ਕਿਤ ਕਾਲ, ਅੰਗੂਠਿਆਂ ਦੇ ਅਲੰਬ ਆਸਰੇ ਭਾਰ ਪਾ ਕੇ ਠੰਡੋ ਖੜਾ ਹੋ ਗਿਆ ਕਿੰਨਾ ਕਾਲ ਸਮ, ਤੇਰੇ ਪਿਤਾ ਨੇ ਘੋਰ ਤਪੱਸਿਆ ਕੀਤੀ। ਕੀਨ ਕਠਨ ਤਪ ਜਬੇ ਵਿਸਾਲਾ, ਕਠਨ ਮਹਾਨ ਤਪੱਸਿਆ ਕੀਤੀ ਏ ਵਿਸਾਲ ਬਹੁਤ ਵੱਡੀ ਤੇਰੇ ਪਿਤਾ ਹਰਨਾਕਸ਼ ਨੇ। ਜਟ ਤੇ ਅਗਨ ਧੂਮ ਪ੍ਰਕਾਸ਼ਾ, ਮੌਕਾ ਜੜਾਵਾਂ ਤੋਂ ਅਗਨੀ ਪ੍ਰਗਟ ਹੋਈ ਏ, ਧੂਮਾ ਪ੍ਰਗਟ ਹੋ ਗਿਆ, ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ। ਬਦਰ ਪਰਿਓ ਸੋ ਜਹਾਂ ਦਿਸ ਪਾਸਾ, ਚਹੋ ਦਿਸੀ ਪਸਾਰਾ ਪਸਰ ਗਿਆ, ਹਨੇਰਾ ਸਾ ਗਿਆ। ਬਸਰ ਪਰਿਓ ਚਹੋ ਦਿਸ, ਚਹੋ ਦਿਸ ਪਾਸਾ, ਚਹੋ ਪਾਸੀ ਇਹੋ ਜਿਹੀ ਹਾਲਾਤ ਹੋ ਗਈ ਧਰਤੀ। ਅਰਦ ਉਰਦ ਜਗਤ ਮਝਾਰੀ ਵਿਚ ਉਪਲ ਥੱਲ ਹੋਣੀ ਸ਼ੁਰੂ ਹੋ ਗਈ। ਤੈ ਵਿਆਕੁਲ ਸੁਰ ਨਰ ਮਝਾਰੀ, ਸੁਰ ਨਰ ਝਾਰੀ ਸਾਰੇ ਵਿਆਕੁਲ ਹੋ ਗਏ, ਇਹ ਕੀ ਬਣਿਆ? ਨਿੰਦਾ ਛਾ ਗਿਆ, ਧੂਆਂ ਛਾ ਗਿਆ, ਇਹ ਪ੍ਰਤਾਪ ਦੇ ਪ੍ਰਤਾਪ ਕਰਕੇ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ। ਸ਼ਬਦ ਸਿੰਧ ਤਾਰਾ ਗਣ ਗਿਰੀ, ਸਿੰਧ ਜਿਹੜਾ ਸਮੁੰਦਰ ਸੀ ਉਹਦੇ ਵਿਚ ਛੱਲਾਂ ਆਉਣੀਆਂ ਸ਼ੁਰੂ ਹੋ ਗਈਆਂ, ਪਚਾਲ ਆਉਣੇ ਸ਼ੁਰੂ ਹੋ ਗਏ, ਆਕਾਸ਼ ਚੋਂ ਤਾਰੇ ਡਿੱਗਣੇ ਸ਼ੁਰੂ ਹੋ ਗਏ। ਇਨ੍ਹਾਂ ਘੋਰ ਤਪੱਸਿਆ ਗੁਫਿਆਂ ਦੇ ਬਾਹਰ ਹੋ ਕੇ ਪਹਾੜ ਤੇ ਜਾ ਕੇ ਮੇਰੇ ਪਿਤਾ ਨੇ ਕੀਤਾ। ਜਵਾਲ ਜਨ ਚਰੀ, ਦਹਿਦ ਸਪਰਿਆਲ ਜਵਾਲ ਜਨ ਚਰੀ, ਦਸਾਂ ਦਿਸਾਂ ਵਿਚ ਪਰਲੋ ਆ ਗਈ, ਜਵਾਲਾ ਅਗਨੀ ਭਾਵ ਉੱਚ ਉਗਲਣੀ ਸ਼ੁਰੂ ਹੋ ਗਈ, ਚੜ ਰਹੀ ਹੈ। ਦੀਪ ਸਹਿਤ ਛਿਤ ਸਰਬ ਵਿਸਾਲਾ, ਦੀਪ ਸਹਿਤ ਛਿਤ ਧਰਤੀ ਸਾਰੀ ਵਿਸਾਲ ਵੱਡੀ ਦਾਖਲ ਹੋ ਗਈ ਹੈ। ਸੈਲ ਸੰਪੂਰਨ ਭਾਵ ਝਾਲਾ, ਸੈਲ ਪੱਥਰ ਪਹਾੜ ਨੇ ਵੀ ਸੰਪੂਰਨ ਉਹਨਾਂ ਦੇ ਭਚਾਲ ਆਉਣੇ ਸ਼ੁਰੂ ਹੋ ਗਈ ਹੈ, ਧਰਤੀ ਹਿੱਲਣੀ ਸ਼ੁਰੂ ਹੋ ਗਈ ਹੈ। ਇਸ ਪ੍ਰਕਾਰ ਦੱਸਦੇ ਹਨ, ਵੱਡੋ ਤਰਾਸ ਸਰ ਉਰ ਸੁਰ ਸਾਰੇ, ਵੱਡਾ ਤਰਾਸ ਉਰ ਹਿੱਸੇ ਵਿਚ ਸੁਰ ਦੇਵਤਿਆਂ ਨੇ ਧਾਰਨ ਕੀਤਾ ਸਾਰਿਆਂ ਨੇ। ਕਮਲਾਸਨ ਕੇ ਪਾਸ ਪਧਾਰੇ, ਕਮਲਾਸਨ ਬ੍ਰਹਮਾ ਦੇ ਪਾਸ ਜਾ ਕੇ ਪਧਾਰੇ, ਪਹੁੰਚੇ ਨੇ ਸਾਰੇ ਦੇਵਤੇ। ਵੰਦਨ ਕਰਨ ਚ ਬਿਨੈ ਸੁਣਾਈ, ਹੱਥ ਬੰਨ ਕੇ ਹੱਥ ਜੋੜ ਕੇ ਸਾਰੇ ਨੇ ਬੇਨਤੀ ਕੀਤੀ ਬ੍ਰਹਮਾ ਜੀ ਦੇ ਤਾਈ। ਕਾਸ ਨਿਚਿੰਤ ਤੁਮ ਲੋਕਨ ਰਾਈ, ਕਾਸ ਨਿਚਿੰਤ ਬੇਫਿਕਰ ਹੋ ਕੇ ਤੁਸੀਂ ਲੋਕਾਂ ਦੇ ਨਰਾਈ ਨਰ ਰਾਜੇ ਬਾਲਕ ਬ੍ਰਹਮਾ ਜੀ ਟਿੱਕੇ ਬੈਠੇ ਹੋਏ ਬੇਫਿਕਰ ਹੋ ਕੇ। ਹਿਰਨ ਕਜਮ ਤਪ ਕਰਦ ਕਠੋਰਾ, ਹਿਰਨਾਕਸ਼ ਪਾਦ ਬੜਾ ਤਾਪ ਕਰ ਰਿਹਾ, ਕਠੋਰ ਭਿਆਨਕ ਤਪ ਕਰ ਰਿਹਾ ਹੈ। ਜਗ ਮੈਂ ਭੈ ਪਸਰਿਓ ਚਹੋਂ ਹੋਰਾ, ਬੜਾ ਪਾੜੀ ਚਹੋਂ ਔਰ ਜਗਤ ਵਿਚ ਭੈ ਇਸ ਪ੍ਰਕਾਰ ਪਸਰਿਆ ਹੋਇਆ, ਡਰ ਪੈਦਾ ਹੋ ਗਿਆ ਹੈ। ਇਸ ਚਿੰਨ ਧੀਰ ਨਾ ਰਹਿਤ ਹਮਾਰੀ, ਸਾਡੇ ਮਨ ਦੀ ਇੱਕ ਚੇਨ ਮਹੀਨੇ ਰਹਿ ਗਈ, ਦਾਮਾ ਡੋਲ ਹੋ ਗਿਆ ਹਿਰਦੇ ਤੋਂ ਉਹਦੀ ਘੋਰ ਤਪੱਸਿਆ ਵੇਖ ਕੇ। ਉਪਸ਼ਮ ਕੋ ਕਰੋ ਬੇਚਾਰੀ, ਉਪਸ਼ਮ ਕੋਈ ਜਤਨ ਕੁਛ ਪਾਓ ਕਰੋ, ਮਨ ਚ ਵਿਚਾਰ ਕਰਕੇ ਚੁੱਪ ਕਰਕੇ ਬ੍ਰਹਮਾ ਜੀ ਬੈਠੇ ਹੋ, ਦੇਵਤੇ ਬੇਨਤੀ ਕਰ ਰਹੇ ਹਨ। ਲੋਕ ਤੁਮਾਰ ਨਾ ਨਾਸੇ ਜਾਦਵ, ਇਹ ਲੋਕ ਤੁਮਾਰ ਤੁਹਾਡੇ ਬਣਾਏ
ਇਹ ਸਾਰੇ ਜਾਪਦ ਜਿੰਨਾ ਚਿਰ ਨਾਸ ਨਾ ਹੋ ਗਏ ਆਪ ਉਪਾਏ ਕਰੋ ਸੋ ਤਾਬਦ ਆਪ ਉਪਾਉ ਕਰੋ ਜਤਨ ਕਰੋ ਤਾਬਦ ਉਹਨਾਂ ਚਿਰ ਕੁਝ ਨਾ ਕੁਝ ਕਰਨਾ ਪਊ ਲੋਕਾਂ ਨੂੰ ਖਤਮ ਕਰ ਦੂ ਸਾਰਿਆਂ ਨੂੰ ਹਮ ਸੁਧ ਸੁਣੇ ਕਾਨ ਜਗ ਮਾਹੂ ਇਸ ਪ੍ਰਕਾਰ ਹਮ ਸੁਧ ਸੁਣੀਏ ਭਾਵ ਕੰਨਾ ਨਾ ਜਦੋਂ ਇਹੋ ਜਿਹੀ ਬੇਨਤੀ ਭਾਵ ਉਹ ਕਰਦੇ ਹਨ ਦੇਵਤੇ ਲੋਕ ਦੇਨ ਬ੍ਰਹਮਪੁਰ ਕੀ ਤੇਹ ਚਾਹੂ ਦੇਨ ਬ੍ਰਹਮਪੁਰੀ ਕੀ ਤੇਹ ਚਾਹੂ ਉਹਦੇ ਮਨ ਚ ਬ੍ਰਹਮਪੁਰੀ ਲੈ ਲੈਣ ਦੀ ਚਾਹ ਉਹਨੇ ਤੁਹਾਡੀ ਪੁਰੀ ਵੀ ਲੈ ਲੈਣੀ ਹੈ ਦੁਨੀਆਂ ਦਾ ਸਭ ਕੁਝ ਜਿੱਤ ਲੈਣਾ ਇਹ ਘੋਰ ਤਪੱਸਿਆ ਕਰ ਰਿਹਾ ਹੈ ਮੇਰਾ ਪਿਤਾ ਹਰਨਾਕਸ਼ ਪਾਪ ਪੁੰਨ ਕੋ ਭੇਦ ਮਿਟਾ ਪਾਪਾਂ ਦੇ ਪੁੰਨਾਂ ਦੇ ਭੇਦ ਨੂੰ ਮਿਟਾ ਦੇਣਾ ਕਰੇਗਾ ਅਪਰ ਰੀਤ ਜਗ ਬੀਚ ਚਲਾਓ ਅਪਰ ਹੋਰ ਹੀ ਰੀਤ ਤਹਿਤ ਆਪਣੀ ਜਗਤ ਚਲਾ ਦੇਣਾ ਕਰੂ ਅੱਜ ਪ੍ਰਕਾਰ ਜੋ ਹੋਏ ਕਦਾਪੀ ਕਦਾਪੀ ਕਦੇ ਨਾ ਕਦੇ ਇਸ ਪ੍ਰਕਾਰ ਜ਼ਰੂਰ ਹੋ ਜਾਵੇਗਾ ਮੇਟੇ ਭੇਦ ਬਿਦ ਪੁੰਨ ਪੁਰਾਪੀ ਜਿਹੜੇ ਭਾਵ ਪੁਰਾਣਾ ਚਲਿਆ ਆਉਂਦਾ ਵੇਦ ਪਾਠਾਂ ਵਿਚ ਪੁੰਨ ਪਾਪ ਆਦਿ ਸਭ ਖਤਮ ਕਰ ਆਪ ਜਸ ਉਚਿਤ ਆਪ ਤਸ ਕਰੀਏ ਆਪ ਜਸ ਉਚਿਤ ਆਪ ਤਸ ਕਰੀਏ ਕੁਝ ਯਤਨ ਕਰੀਏ ਇਸ ਪ੍ਰਕਾਰ ਕਹਿੰਦੇ ਹਨ ਨਾਥ ਜਗਤ ਸੰਕਟ ਪਰ ਹਰੀਏ ਜਗ ਦੇ ਨਾਥ ਬਾਲਕ ਸੰਕਟ ਪਰ ਹਰੀਏ ਖਤਮ ਕਰਨ ਦਾ ਯਤਨ ਕਰੋ ਬੋਧ ਵਿਚ ਧੇਨ ਜੇ ਸੰਤ ਮਹਾਨਾ ਗਊਆਂ ਦਾ ਵਿਚ ਬ੍ਰਾਹਮਣਾਂ ਦਾ ਧੇਨ ਗਊਆਂ ਦਾ ਅਰਕ ਸੰਤਾਂ ਦਾ ਮਹਾਨ ਅਪਮਾਨ ਕਰ ਰਿਹਾ ਹੈ ਕਰਨਹਾਰ ਸਭ ਕੇ ਕਲਿਆਣਾ ਤੁਸੀਂ ਕਰਨਹਾਰ ਹੋ ਸਭ ਦੀ ਕਲਿਆਣ ਕਰਨ ਵਾਲੇ ਹੋ ਬ੍ਰਹਮਾ ਜੀ ਯਤਨ ਕਰੋ ਸਗਰੇ ਕਰਮ ਧਰਮ ਕੇ ਸੇਤੂ ਸੁਮੇਰ ਸਾਰੇ ਕਰਮਾਂ ਧਰਮਾਂ ਆਦਿ ਤਮ ਭੂਤਨ ਕੇ ਕਰਤਾ ਹੇਤੂ ਸਾਰੀਆਂ ਧਰਤੀ ਦੇ ਸਮੂਹ ਜੀਵਾਂ ਦੇ ਕਰਤਾ ਹਿਤਕਾਰੂ ਹੋ ਤੁਸੀਂ ਸੋਨ ਬਿਰੰਚ ਅਮਰਨ ਕੀ ਬਾਣੀ ਇਹ ਅਮਰ ਦੇਵਤਿਆਂ ਦੀ ਬਿਰੰਚ ਬ੍ਰਹਮਾ ਜੀ ਬਾਣੀ ਬੇਨਤੀ ਸੁਣ ਕੇ ਕੀ ਲੱਖ ਕਰ ਸਨਮਾਨੀ ਘਰ ਮਨ ਚ ਲੱਖ ਜਾਣ ਕਰਕੇ ਸਨਮਾਨ ਉਹਨਾਂ ਦਾ ਮਾਣ ਰੱਖਣ ਲਈ ਗਮਨਿਓ ਦੈਤ ਰਾਜ ਕੇ ਪਾਸਾ ਜੋ ਗਮਨਿਓ ਬ੍ਰਹਮਾ ਜੀ ਚਲੇ ਗਏ ਬ੍ਰਹਮਾ ਜੀ ਦੇ ਭਾਵ ਬ੍ਰਹਮਾ ਜੀ ਚਲੇ ਗਏ ਸਾਡੇ ਪਿਤਾ ਹਰਨਾਸ਼ ਦੇ ਪਾਸ ਕਰਤ ਕਠਨ ਖੋ ਤਪ ਜਿਹ ਆਸਾ ਜਿਸ ਥਾਂ ਤੇ ਆਸਾ ਲੈ ਕੇ ਘੋਰ ਤਪੱਸਿਆ ਕਰ ਰਹੇ ਸਾਡੇ ਪਿਤਾ ਜੀ ਸੋਤਹਿ ਥਾਂ ਨਹਿ ਦੇਖ ਦਿਖਾਈ ਸੋਤਹਿ ਥਾਂ ਨਹਿ ਦੇਖ ਦਿਖਾਈ ਦਿਸਦਾਰੀ ਕਿਤੇ ਕਿੰਨੀ ਘੋਰ ਤਪੱਸਿਆ ਕਰ ਰਿਹਾ ਹੈ ਤ੍ਰਿਣ ਤਰ ਲਤਾ ਦੇਹ ਸਭ ਛਾਈ ਉਹਦੇ ਸਰੀਰ ਦੁਆਲੇ ਤਿਰਨ ਕੱਖ ਤਰ ਰੁੱਖ ਲਤਾ ਵੇਲਾ ਬੂਟੇ ਸਭ ਉਹਨਾਂ ਨੇ ਛਾਈ ਢੱਕਿਆ ਹੋਇਆ ਸੀ ਉਸ ਇਵੇਂ ਇੱਕ ਮਿੱਕ ਹੋ ਕੇ ਬੰਦਗੀ ਨਾਲ ਜੁੜਿਆ ਸਤਾਪ ਕਰ ਰਿਹਾ ਸੀ ਭੇਦ ਸਰੀਰ ਕੁਸ਼ਾ ਤੋਂ ਬਿਆ ਕੁਸ਼ਾ ਸਭ ਆਦਿਕ ਤੇ ਹੋਰ ਤੋਂ ਕਈਆਂ ਪਾਵ ਰੁੱਖਾਂ ਬੂਟਿਆਂ ਨੇ ਉਹਨੂੰ ਭੇਦ ਦਿੱਤਾ ਹੋਇਆ ਬਿਨ ਛੁੱਟਿਆ ਹੋਇਆ ਢੱਕ ਲਿਆ ਹੋਇਆ ਹੈ ਬੇਨ ਬ੍ਰਿਸ਼ ਦੇ ਖਰੇ ਸਮੂਹ ਬੇਨ ਬਿਰਸ਼ ਵਾਸਾਂ ਦੇ ਤੇ ਹੋਰ ਕਈ ਤਰ੍ਹਾਂ ਦੇ ਕੰਡਿਆਂ ਵਾਲੇ ਬਿਰਸ਼ ਖੜੇ ਉਹਨਾਂ ਸਮੂਹ ਸਾਰਿਆਂ ਦੇ ਵਿਚ ਬਾਂਬੀ ਜੇ ਤੇ ਤਨ ਚਹੋਰੇ ਕਹਿੰਦੇ ਬਾਂਬੀ ਜਿਹੇ ਬਾਂਸ ਆਦਿਕ ਤਨ ਸਰੀਰ ਚਹੋ ਹੋਰੇ ਚਾਰ ਸਵੇਰੇ ਉਸ ਨੂੰ ਢੱਕਿਆ ਹੋਇਆ ਸੀ ਅਸ ਮਾਤਰ ਰਹਿ ਗਏ ਤੇ ਜੋਰੇ ਆਸਤ ਮਾਤਰ ਹੱਡੀਆਂ ਰਹਿਗੇ ਤਹਿ ਜੇਰੇ ਉਸ ਮੌਕਾ ਉਹ ਸਮੇਂ ਉਹਦੇ ਹੱਡੀਆਂ ਹੀ ਕੇਵਲ ਸਰੀਰ ਦਾ ਪਿੰਜਰਾ ਹੀ ਖੜਾ ਹੈ ਦੂਜਾ ਮੇਦ ਸਰੋਨਤ ਪੁਨਾ ਪਾਰ ਸਾਡੇ ਪਿਤਾ ਦੀ ਘੋਰ ਤਪੱਸਿਆ ਤੁਜਾ ਖਰੜੀ ਸਰੀਰ ਦੀ ਤੇ ਵਿੱਚ ਤੇ ਸਰੋਨਤ ਲਹੂ ਪੁਨ ਅਥਵਾ ਪਾਸ ਆਦਿਕ ਜੋ ਸੀ ਪੱਕ ਗਈ ਸਭ ਪੀਲਕਾ ਦਾਸੂ ਪੀਲਕਾ ਕੀੜੀਆਂ ਤੇ ਸਟੋਂਕ ਮਾਸ ਖਾ ਗਈਆਂ ਲਹੂ ਚੂਸਕੀਆਂ ਪਿੰਜਰਾ ਹੀ ਖੜਾ ਹੈ ਇਨ੍ਹਾਂ ਬੰਦਗੀ ਚ ਇੱਕ ਮਿੱਕ ਹੋਇਆ ਹੈ ਜਿਉਂ ਬਾਂਬੀ ਤਿੰਨ ਮਾਹੇ ਪ੍ਰਕਾਸ਼ ਇਸ ਪ੍ਰਕਾਰ ਬਾਂਸ ਆਦਿਕ ਕਿਰਨ ਕੱਖਾਂ ਆਦਿਕ ਉਹਨਾਂ ਦੇ ਵਿਚ ਉਹਦਾ ਪ੍ਰਕਾਸ਼ ਹੋ ਰਿਹਾ ਸੀ ਬੰਦਗੀ ਦੇ ਕਾਰਨ ਮਨੋ ਮੇਘ ਮੈਂ ਦਿਨ ਕਰ ਭਾਸੇ ਮਰਨਾ ਕਰੋ ਜਿਵੇਂ ਬੱਦਲ ਕਾਲੀ ਘਾਟ ਦੇ ਵਿਚੋਂ ਸੂਰਜ ਦੀਆਂ ਕਿਰਨਾਂ ਪ੍ਰਕਾਸ਼ ਹੋ ਕੇ ਦਿਸਣ ਇਨ੍ਹਾਂ ਬੰਦਗੀ ਦਾ ਪ੍ਰਤਾਪ ਚਮਕਾ ਮਾਰ ਰਿਹਾ ਸੀ ਤਬ ਕਟਣੀ ਅਵ ਲੋਕ ਵਿਧਾਤਾ ਸੋ ਤਬ ਬੜਾ ਕਟਣ ਕੀਤਾ ਅਵ ਲੋਕ ਵਿਧਾਤਾ ਵੇਖਿਆ ਵਿਧਾਤੇ ਬ੍ਰਹਮਾ ਜੀ ਨੇ ਜਿਸਮੇ ਉਹ ਹਿਰਦੇ ਨਾ ਕੁਛ ਕਰ ਜਹਤਾ ਜਿਸਮੇ ਉਹ ਹੈਰਾਨ ਹੋ ਗਿਆ ਹਿਰਦੇ ਵਿਚ ਪ੍ਰਸੰਨ ਹੋ ਕਛੂ ਜਾਤਾ ਜਾਣਨਾ ਨਾ ਕੀਤਾ ਉੱਚੇ ਸੁਰ ਤੋਂ ਗਿਰਾ ਉਚਾਰੀ ਸੁਰ ਰਸਨਾ ਤੋਂ ਗਿਰਾ ਬਚਨ ਵਾਜ ਉਚਾਰਨਾ ਕਹਿਣਾ ਕੀਤੀ ਉਨ ਸਭ ਜਗੇ ਸੁਕਿਰਤ ਫਲ ਭਾਰੀ ਉਠ ਸੁਤ ਪੁੱਤਰ ਜਗੇ ਸੁਕਿਰ ਫਲ ਪਾ ਕੀਤੇ ਹੋਏ ਤਪ ਸਾਧਨ ਦਾ ਭਾਰੀ ਫਲ ਲੈ ਲਾ ਮੇਰੇ ਪਾਸੋਂ ਵਰ ਲੈ ਲਾ
ਜਾਕੇ ਬ੍ਰਹਮਾ ਜੀ ਨੇ ਕਹਿਣਾ ਕੀਤਾ ਪੂਰਵ ਤਪਨਾ ਕੀਨ ਅਸਤਾਹੀ ਅਸਤਾਹੀ ਇਹੋ ਜਿਹਾ ਤਪ ਪੂਰਵ ਪਹਿਲੇ ਕਦੇ ਕਿਸੇ ਨੇ ਕਿਸੇ ਪਾਸੋਂ ਨਹੀਂ ਹੋਇਆ ਆਗੇ ਕੋ ਨਾ ਕਰੇ ਜਗ ਮਾਹੀ ਅੱਗੇ ਤੋਂ ਵੀ ਇਹੋ ਜਿਹੀ ਘੋਰ ਤਪੱਸਿਆ ਜਗ ਦੇ ਵਿਚ ਨਹੀਂ ਕੋਈ ਕਰ ਸਕੇਗਾ ਦਿਵਿਆ ਬਰਗ ਸਤ ਨੀਰ ਬਹੀਨਾ ਸੋ ਦਿੱਤ ਹੈ ਨੇਤਰਾਂ ਨੂੰ ਬਰਸ ਰਿਹਾ ਸਤ ਨੀਰ ਮਹੀਨਾ ਵਗ ਰਿਹਾ ਹੈ ਪ੍ਰਾਣ ਰੱਖੇ ਬਿਨ ਅਸਨ ਪ੍ਰਬੀਨਾ ਕਿੰਨਾ ਸਮਾਂ ਤੂੰ ਪ੍ਰਾਣ ਬਿਨਾਂ ਕੁਛ ਅਸਣ ਤੋਂ ਛਕਣ ਤੋਂ ਕਿਸੇ ਪ੍ਰਕਾਰ ਤੂੰ ਸਰੀਰ ਕਾਇਮ ਰੱਖੇ ਨੇ ਤਾਪ ਆਵੇ ਲੋਕ ਕਠਨ ਵੱਡ ਤੇਰੋ ਤਾਪ ਕਰਕੇ ਅਵ ਲੋਕ ਕਠਨ ਵੱਡੇ ਫੇਰੇ ਵੱਡਾ ਭਾਰੀ ਹਿਰਦੇ ਰਹੇ ਨਾ ਧੀਰਜ ਮੇਰੋ ਮੇਰੇ ਹਿਰਦੇ ਦੀ ਧੀਰਜ ਖਤਮ ਹੋ ਗਈ ਬ੍ਰਹਮਾ ਜੀ ਕਹਿ ਰਿਹਾ ਹੈ ਤਪ ਪ੍ਰਭਾਵ ਤੇ ਜੀਤਾ ਮੋਹੀ ਇਹ ਪਹਾਤਿਆ ਪ੍ਰਭਾਵ ਤੇ ਮੈਂ ਬਹੁਤ ਭਾਰੀ ਜੀਤਾ ਮੋਹੀ ਮੈਨੂੰ ਜਿੱਤ ਲਿਆ ਹੈ ਤੇਰੇ ਪ੍ਰਭਾਵ ਨੇ ਤਪ ਨੇ ਉਠ ਜਾਚੋ ਬੰਸ਼ਕ ਦਿਓ ਸੋਹੀ ਉਠ ਕਰਕੇ ਆਓ ਜਾਚੋ ਜੋ ਬੰਸ਼ ਤੁਹਾਡੇ ਮਨ ਦੀ ਹੈ ਮੰਗ ਹੈ ਪੂਰੀ ਕਰੀਏ ਲੱਖ ਅਮੋਘ ਮਮ ਦਰਸ਼ਨ ਜੋਈ ਲੱਖਣਾ ਕਰੋ ਅਮੋਘ ਮਮ ਤਾਂ ਟਲਣ ਵਾਲੇ ਦਰਸ਼ਨ ਤੇਰੇ ਕਰ ਲੈਣਾ ਕਰੋ ਤੇ ਵਰ ਲੈ ਲੋ ਦਿਓ ਅਦਿਓ ਵਸਤ ਜੋ ਹੋਈ ਜੋ ਵਸਤ ਮੇਰੇ ਪਾਸ ਹੋਵੇ ਕਿ ਦੇਊਂਗਾ ਜਿਹੜੀ ਨਾ ਦੇ ਸਕਦਾ ਉਹ ਵੀ ਦੇਊਂਗਾ ਯਤਨ ਕਰੋ ਇੰਨੇ ਖੁਸ਼ ਹੋ ਗਏ ਅੱਜ ਕਹਿ ਤਿੰਨ ਤਨ ਕੇ ਤ੍ਰਿਣ ਤਾਰੇ ਅੱਜ ਕਹਿ ਤਿੰਨ ਤਨ ਸਰੀਰ ਤੋਂ ਪੱਖ ਆੜਕ ਜਿਹੜੇ ਬੂਟੇ ਸੀ ਪਾਸੇ ਪਾਸੇ ਕੀਤੇ ਲੈ ਕਰ ਮੈਂ ਜਲ ਅੰਜਲ ਡਾਰੇ ਅੰਜਲ ਬੁੱਕ ਭਰ ਭਰ ਕੇ ਜਲ ਮੇਰੇ ਪਿਤਾ ਦੇ ਬ੍ਰਹਮਾ ਨੇ ਸੁੱਟਣਾ ਕੀਤਾ ਪ੍ਰਗਟ ਤਪ ਪ੍ਰਚੰਡ ਬਲ ਕਰਕੇ ਬੜਾ ਭਾਰੀ ਪ੍ਰਚੰਡ ਬਲ ਕਰਕੇ ਤੇਜ ਪ੍ਰਕਾਸ਼ ਬ੍ਰਜ ਸਮਾਨ ਨਿਠਰ ਤਨ ਧਰ ਉਸ ਮੌਕਾ ਬਜਰ ਸਮਾਨ ਠਰ ਜਿਹੜਾ ਸਰੀਰ ਹੋ ਚੁੱਕਿਆ ਸੀ ਤਨ ਹੇਮ ਤਪਦ ਕੇ ਕ੍ਰਾਂਤ ਸਮਾਨ ਇਸ ਪ੍ਰਕਾਰ ਆਗਨਾ ਤਪ ਸੋਨਾ ਟਪਕਾ ਹੋਰ ਮਾਰਦਾ ਹੈ ਮਨੋ ਦੂਸਰੋ ਭਇਓ ਕਿਰਸਾਨਾ ਮਾਨਾ ਕਰੋ ਦੂਸਰਾ ਭਾਵ ਹੋਰ ਸੋ ਅਗਨੀ ਭਾਵ ਦੇਵਤਾ ਪ੍ਰਗਟ ਹੋ ਗਿਆ ਹੋਵੇ ਸਮਾਂ ਹੋ ਗਿਆ ਹੈ ਚਾਤਾ ਨਾ ਬੋਲੀ ਚੱਲੀਏ ਇੰਨੀ ਘੋਰ ਤਪੱਸਿਆ ਹਰਨਾਸ਼ ਨੇ ਪ੍ਰਸੰਨ ਹੋ ਗਏ ਮਨ ਜਿੱਤ ਲਿਆ ਬ੍ਰਹਮਾ ਦਾ ਉਹਨਾਂ ਨੇ ਵਰ ਦਿੱਤੇ ਤੇ ਵਰ ਲਏ ਜਿਹੜੇ ਕਈ ਵਾਰੀ ਸੁਣੀਏ ਨਾ ਦਿਨੇ ਮਰਾਂ ਨਾ ਰਾਤ ਮਰਾਂ ਕਰਾਂ ਫਿਰ ਦੁਨੀਆਂ ਤੇ ਪ੍ਰਗਟ ਹੋ ਕਰਕੇ ਉਸਨੇ ਜੋ ਭਾਵ ਜੋ ਜਤਨ ਕੀਤੇ ਆਉਣ ਵਾਲੇ ਹੁਣ ਕਹਿੰਦਾ ਸਮਾਣ ਹੋ ਗਏ ਕਰੋ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ